ਇਹ ਤਾਂ ਮੈਂ ਇਸ ਤਰ੍ਹਾਂ ਲਿੰਕ ਸ਼ੇਅਰ ਕਰਤਾ ਸੀਗਾ, ਫਿਰ ਵੀ ਨਾ ਸ਼ੇਅਰ ਕਰ ਦਿਓ ਮਾੜਾ ਜਿਹਾ, ਪਾਰਸ ਨੂੰ ਵੀ ਕਹਿ ਦਿਓ, ਬਾਕੀ ਦੂਸਰੀ ਵੀ ਪਾ ਦੂਗਾ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਈ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਬਈ। ਇੱਕ ਕੁ ਮਿੰਟ ਦਾ ਡਿਲੇ ਹੈ ਅਕੇਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਟਾ। ਸ਼ੇਅਰ ਕਰ ਦਿਓ ਬੇਟਾ, ਲਾਈਕ ਸ਼ੇਅਰ ਕਰ ਦਿਓ ਇਹਨੂੰ, ਥੋੜ੍ਹਾ ਓਪਨ ਰੱਖ ਕੇ ਚੱਲੇਗੇ ਜਿਵੇਂ ਆਪਾਂ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਆਸ਼ੂ ਚਮਕੌਰ, ਮਾਰਨਿੰਗ ਰਾਜੇ ਸਤਨਾਮ, ਗੁੱਡ ਮਾਰਨਿੰਗ। ਵੈਸੇ ਪ੍ਰਸ਼ਾਂਤ ਸਰ ਦੀ ਮੈਥ ਦੀ ਕਲਾਸ ਸੀਗੀ ਰਾਜੇ, ਉਹਨਾਂ ਦਾ ਥੋੜ੍ਹਾ ਸੀਗਾ ਕਿ ਅੱਜ ਐਬਸੈਂਟ ਸੀਗੇ ਸਰ, ਜਿਹਦੇ ਕਰਕੇ ਆਪਾਂ ਰੀਜਨਿੰਗ ਕੰਟੀਨਿਊ ਕਰ ਰਹੇ ਹੈਗੇ। ਅੱਜ ਦੋ ਟੀਚਰ ਆਪਣੇ ਇੰਗਲਿਸ਼ ਵਾਲੇ ਮੈਮ, ਰਮਨ ਮੈਮ ਐਂਡ ਪ੍ਰਸ਼ਾਂਤ ਸਰ, ਬਹੁਤ ਸਾਰਾ ਹੁਣ ਛੁੱਟੀ। ਜਸਕਰਨ ਮਾਰਨਿੰਗ ਰਾਜੇ, ਮਾਰਨਿੰਗ ਜਸਕਰਨ ਸਤਨਾਮ, ਮਾਰਨਿੰਗ ਆਸ਼ੂ, ਮਾਰਨਿੰਗ ਰਾਜੇ ਚਮਕੌਰ, ਗੁੱਡ ਮਾਰਨਿੰਗ। ਹਾਂਜੀ ਹਾਂਜੀ ਹਾਂਜੀ, ਆ ਜਾਓ ਬੇਟਾ ਨਾਲ ਦੀ ਨਾਲ, ਸਾਰਿਆਂ ਨੂੰ ਇੱਕ ਵਾਰੀ ਬੁਲਾ ਲਓ, ਜਿਹੜੇ ਜਿਹੜੇ ਰਹਿ ਗਏ ਆਪਣੇ ਸਾਥੀ। ਬੜੇ ਵਧੀਆ ਤਰੀਕੇ ਨਾਲ ਅੱਜ ਆਪਾਂ ਕਵਰ ਅਪ ਕਰਨਾ। ਕਾਫੀ ਹੱਦ ਤੱਕ ਜਿਹੜਾ ਰਾਜੇ ਲੇਟੈਸਟ ਪੈਟਰਨ ਹੈਗਾ ਗਾ, ਲੇਟੈਸਟ ਪੇਪਰਾਂ ਦੇ ਵਿੱਚ ਜਿਹੜੇ ਕੁਸ਼ਚਨ ਆ ਰਹੇ ਹੈਗੇ, ਉਹਦੇ ਅਕੋਰਡਿੰਗ ਕਵਰ ਅਪ ਕਰ ਰਹੇ ਹਾਂ ਰਾਜੇ ਆਪਾਂ। ਹਾਂਜੀ ਹਾਂਜੀ ਹਾਂਜੀ, ਬੁਲਾ ਲਓ ਬੇਟਾ ਸਾਰਿਆਂ ਨੂੰ ਇੱਕ ਵਾਰੀ, ਇਹਨੂੰ ਸ਼ੇਅਰ ਕਰ ਦਿਓ ਆਪਣੇ ਸਰਕਲ ਵਾਲੇ ਸਾਰਿਆਂ 'ਚ। ਉਹਦੇ 'ਚ ਨਾ ਗਰੁੱਪ ਦੇ ਵਿੱਚ ਰਾਜੇ ਸ਼ੇਅਰ ਹੋ ਚੁੱਕਿਆ ਹੈਗਾ, ਪੇਡ ਵਾਲਾ ਗਰੁੱਪ ਹੈ ਜਿਹੜਾ, ਉਹਦੇ ਵਿੱਚ ਮੈਸੇਜ ਪਾਇਆ ਹੈਗਾ ਅਤੇ ਲਿੰਕ ਵੀ ਦਿੱਤਾ ਹੋਇਆ, ਚੈੱਕ ਕਰਿਓ। ਕੱਲ੍ਹ ਵੀ ਮੈਂ ਸ਼ੇਅਰ ਕਰਤਾ ਸੀਗਾ ਕਿਉਂਕਿ ਪ੍ਰਸ਼ਾਂਤ ਸਰ ਐਬਸੈਂਟ ਸੀਗੇ ਅੱਜ, ਅਤੇ ਰੀਜ਼ਨਿੰਗ ਆਪਾਂ ਕਵਰ ਅਪ ਕਰਕੇ ਚੱਲਣੀ ਹੈਗੀ। ਸ਼ੇਅਰ ਕਰ ਦਿਓ ਬੇਟਾ ਇਹਨਾਂ ਨੂੰ। ਹਾਂ, ਇਹ ਆਲਰੇਡੀ 15 ਕੁ ਮਿੰਟ ਪਹਿਲਾਂ ਵੀ ਜਿਹੜਾ ਹੈਗਾ ਰੀਸੈਂਟ ਕਰਤਾ ਸੀਗਾ ਇਹ ਗਰੁੱਪਸ ਦੇ ਵਿੱਚ। ਚੈੱਕ ਰੱਖਿਓ ਬੇਟਾ। ਹਾਂਜੀ ਹਾਂਜੀ ਹਾਂਜੀ, ਕੀਪ ਮੂਵਿੰਗ, ਕੀਪ ਮੂਵਿੰਗ, ਸ਼ੇਅਰ ਕਰ ਦਿਓ ਬੇਟਾ ਇੱਕ ਵਾਰੀ ਸਾਰਿਆਂ ਨੂੰ। ਅਤੇ ਇੱਕ ਬੜੀ ਇੰਪੋਰਟੈਂਟ ਗੱਲ ਹੈ ਰਾਜੇ, ਜਿਹੜਾ ਅੱਜ ਇੱਕ ਸਪੈਸ਼ਲ ਬੈਚ ਸ਼ੁਰੂ ਕਰਨ ਜਾ ਰਹੇ ਹੈਗੇ ਆਪਾਂ, ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਏਗਾ। ਮੈਂ ਕਾਫੀ 2-3 ਦਿਨ ਤੋਂ ਆਪਾਂ ਇਸ ਗੱਲ ਦੀ ਮੈਂ ਐਡ ਵੀ ਕਰ ਰਿਹਾ ਹੈਗਾ, ਪਰਟੀਕੁਲਰ ਤੁਹਾਨੂੰ ਦੱਸਿਆ ਵੀ ਜਾ ਰਿਹਾ ਹੈਗਾ ਬੈਚਸ ਦੇ ਵਿੱਚ। ਗੁਰਪਿਆਰ ਸਰ ਦੀ SST ਦੀ ਸਪੈਸ਼ਲ ਕਲਾਸ ਸਟਾਰਟ ਹੋਣ ਜਾ ਰਹੀ ਹੈ ਰਾਜੇ, ਅੱਜ ਸਪੈਸ਼ਲ ਬੈਚ ਹੈ ਬੇਟਾ। 3-5 ਦੀ ਟਾਈਮਿੰਗ ਹੈਗੀ ਹੈ ਉਹਨਾਂ ਦੀ, 2 ਘੰਟਿਆਂ ਦੀ ਕਲਾਸ ਦੇਣਗੇ ਲਾਈਵ ਕਲਾਸ, 5 ਡੇ ਵੀ ਕਲਾਸ ਹੋਇਆ ਕਰੇਗੀ ਬੇਟਾ ਜੀ। ਇੱਕ ਵੀ ਬੱਚਾ ਇਹੋ ਜਿਹਾ ਨਾ ਹੋਵੇ, ਉਹਨਾਂ ਨੇ 4 ਡੈਮੋ ਦੇਣੀਆਂ, ਡੈਮੋ ਤਾਂ ਘੱਟ ਤੋਂ ਘੱਟ ਹੀ ਹੈ ਬੇਟਾ, ਕਿਸੇ ਨੇ ਮਿਸ ਨਹੀਂ ਕਰਨੀ। ਫਰੀ ਡੈਮੋ ਕਲਾਸਿਸ ਨੇ 4 ਰਾਜੇ, ਕਿਸੇ ਵੀ ਬੱਚੇ ਨੇ ਮਿਸ ਨਹੀਂ ਕਰਨੀ। 3-5 ਉਹਨਾਂ ਦੀਆਂ ਕਲਾਸਿਸ ਰਹਿਣਗੀਆਂ, ਬਹੁਤ ਜ਼ਿਆਦਾ ਡਿਮਾਂਡ 'ਤੇ, ਜਿਵੇਂ ਕਿ ਸਟੂਡੈਂਟਸ ਦੀ ਡਿਮਾਂਡ 'ਤੇ ਉਹਨਾਂ ਨੂੰ ਅਗਰੀ ਕੀਤਾ ਰਾਜੇ, ਉਹਨਾਂ ਦਾ ਬੈਚ ਜਿਹੜਾ ਹੈਗਾ ਲੈ ਕੇ ਆ ਰਹੇ ਹੈਗੇ। SST ਮਾਸਟਰ ਕੇਡਰ ਵਾਲਿਆਂ ਵਾਸਤੇ ਸਪੈਸ਼ਲ, PPSC ਜਿਹਨੇ ਵੀ ਡੀਪ ਲੈਵਲ ਦੀ SST ਕਰਨੀ ਹੈ ਰਾਜੇ, ਜਨਰਲ ਨੌਲੇਜ GK ਦੇ ਵਿੱਚ ਦੁਬਾਰੇ ਤੁਹਾਨੂੰ SST ਕਿਸੇ ਤੋਂ ਕਰਨ ਦੀ ਲੋੜ ਨਹੀਂ ਪਊਗੀ, ਇਹ ਮੇਰੀ ਗਰੰਟੀ ਹੈ ਰਾਜੇ। ਜੇ ਨਾ ਸੈਟਿਸਫੈਕਸ਼ਨ ਹੋਈ ਫੀਸ ਰਿਫੰਡ ਕਰ ਦਿਆਂਗੇ, ਇੰਨੀ ਕੁ ਤਸੱਲੀ ਹੈ ਜਿਵੇਂ ਆਪਾਂ ਕਹੀਏ ਨਾ, ਕਿਉਂਕਿ ਬੱਚਿਆਂ ਦੀ ਡਿਮਾਂਡ 'ਤੇ ਹੀ ਸਾਨੂੰ ਬੁਲਾਇਆ ਗਿਆ ਹੈਗਾ। ਲਓ ਬੇਟਾ ਜੀ, ਆਪਾਂ ਕਵਰ ਅਪ ਕਰਕੇ ਜਾ ਰਹੇ ਸੀਗੇ, ਥੋੜ੍ਹਾ ਜਿਹਾ ਮੈਂ ਨਾਲ ਨਾਲ ਹਿੰਟ ਦੇ ਦਿਆਂ। ਅਲਫਾਬੈਟਸ ਦੇ ਉੱਪਰ ਆਪਣਾ ਟੋਪਿਕ ਸੀਗਾ, ਅਲਫਾਬੈਟ ਦੇ ਕਾਫੀ ਆਪਾਂ ਕਵਰ ਅਪ ਕਰਕੇ ਚੱਲੇ ਹੈਗੇ, ਕੁਛ ਕੱਲ੍ਹ ਨਵੇਂ ਤਰੀਕੇ ਦੱਸੇ ਸੀਗੇ ਹੈ ਨਾ। ਇੱਕ ਨਾ ਮੈਂ ਤੁਹਾਨੂੰ ਉਹਦੇ 'ਚ ਵੀ ਕੁਛ ਕੁ ਤਰੀਕੇ ਰਹਿੰਦੇ ਆ ਜਿਵੇਂ ਪੈਂਡਿੰਗ ਕਹਿ ਲਈਏ ਆਪਾਂ, ਇੱਕ ਮੈਂ ਤੁਹਾਨੂੰ ਕਾਫੀ ਦਿਨ ਤੋਂ ਕਹਿ ਰਿਹਾ ਕਿ ਮੈਨੂੰ ਆਹ ਵਾਲਾ, ਜਿਹਦੇ ਵਿੱਚ ਆਪਾਂ ਕਿਹਾ ਸੀ ਕਿ ਲਵ ਦੇ ਕੋਡ ਲਿਖਣੇ ਆ ਤੁਸੀਂ, 25 ਤਰ੍ਹਾਂ ਦੇ ਕੋਡ ਸੀਗੇ ਬੇਟਾ ਇਹਦੇ 'ਚ, ਤੁਹਾਡੇ ਧਿਆਨ 'ਚ ਹੋਊਗਾ, ਲਵ ਦੇ 25 ਤਰ੍ਹਾਂ ਦੇ ਕੋਡ ਸੀਗੇ। ਵਿਜੀਬਲ ਆ ਸਾਰਿਆਂ ਨੂੰ? ਹਾਂਜੀ, ਕਮੈਂਟ ਕਰਦਾ ਕਰੋ ਬੇਟਾ ਜੇ ਨਾ ਦਿਸੇ ਤਾਂ। ਬੇਟਾ 25 ਤਰੀਕੇ ਹੱਥ ਹੇਠ ਦੀ ਲੰਘ ਜਾਣਗੇ ਸਰ, ਫੋਕਸ ਸੈਟ ਕਰਿਓ ਮਾੜਾ ਜਿਹਾ, ਉਹ ਡਬਲ ਕਲਿੱਕ। ਹਾਂਜੀ, ਥੈਂਕ ਯੂ।
25 तरीके ने रजे जिदे विच इह आपां नंबर कोड कह रही है 25 तरीकों के कोड ने। इहदे विच मैं काफ़ी दिन तो तुहानूं इह एक एज असाइनमेंट दिता होया सीगा, एज एन असाइनमेंट सानूं पहुँच गई सीगी, इहदियां शीट्स ला लो जां बोर्ड नाल ही रख्या होया सीगा। लव दे 25 तरह के कोड बनाए हुए ने। मैं कहा सीगा तुसीं ना नाल मैनूं टाइप एक्सप्लेन करके देनी है कि आ जो पहला कोड है ये करके बनया जी, दूजा कोड एवं बनया। पर बहुत तो मैं कोई रिप्लाई नहीं आया। मैंने लगता नहीं गा भी 5-4 को बच्चों छड़ के ज़्यादा ने किया होगा लग रहा मैनू, है ना। सर एक ना सर जी एक मिनट बेटा इन फॉरवर्ड नपीर को फॉरवर्ड ये दे दो, ठीक है एक मिनट खड़े हो। बेटा शेयर कर दो उन्हें ना नाल सारे, ठीक है इतने फॉरवर्ड करने जिन्ने ग्रुप्स हो गए थे। हाँ जी बस तुझे कर इतना मन लगा 90-95 हज़ार। हाँ जी ये बेटा अल्फाबैट्स मैं लिखा के चलिया सीगा इहदी नंबरिंग नाल। उहदा रीज़न की सीगा कि आपां नूं पता चलता रहे किहड़ा अक्षर किनवांगा। इहनूं बिल्कुल भी किसी भी हिसाब नाल लाइट नहीं लैके चलना राजे, एक एक एक्सप्लेन करूँगा तुहानूं। नंबर दे विच पंज टॉपिक तुहानूं दस्सिया, मैं पंज टॉपिक्स दे विच मार नहीं खाऊंगी। एक बार तां क्लीयर कीता ना, दुबारे लोड़ ही नहीं पैणी कितों करन दी। सॉरी 26 अक्षर होंगे राजे, आप 13 एक लाइन च लिखते हुए गे, 13 दूसरी लाइन च लिखते हुए, पहली लाइन आप सीधी लिखते हुए। ये मैं शॉर्टकट भी दसे सके, पहली वीडियो के शॉर्टकट तुम देख सकते हो, वो दिता हुआ अल्फाबैट्स के रिगार्डिंग। अल्फाबैट मतलब ए बी सी, 13 अक्षर सीधे लिखने राजे, एन ओ पी क्यू आर एस टी यू वी। अगले 13 अक्षर मैं पुट्ठे लिखा हूँ, वह रीज़न की है राजे, शॉर्टकट ट्रिक्स बन जाते हैं ये काफ़ी, जिदे नाल सानू हैल्प मिलती हैगी। जदों भी कितें बेटा तुहानू अल्फाबैट्स के क्वेश्चन आ जाए ना, ए बी सी के अक्षरों के उपर क्वेश्चन आ जाए, सब तो पहला काम ही ये करया करो, जे तुहानू उन्हां दी पोजीशन पता, उन्हां दा रैंक पता गा, एनवा नंबर अग्गों आ एनवा नंबर पिछले पास आ फलाने अक्षर का, तो उहदे नाल राजे तुहाडा 70% क्वेश्चन सॉल्व हो जाता। इस तो बाद जैड तो बाद दुबारा फिर ए चल पैनी है, इसे तरह ए बी सी चलती रहती है। एक बार लिखी है 15-20 सेकंड का टाइम लगेगी, तो सारे चैप्टर के काम आँदी है बेटा अपने। मैं गरंटी दिना गा पंजाब के पेपर के 5-10 नंबर का लाजमी इतने बेस्ड आँदा ही आँदा राजे, 6 क्वेश्चन आए 7 आ जाए आना ही आना गा। मॉर्निंग राजे सुमनदीप, मॉर्निंग राजे जसकरन, मॉर्निंग सतनाम, आशू चमकौर, गुड मॉर्निंग। हुण उहदे नाल की आना बेटा, एक बार चैक करके देख देंगे आपां। मैं तुहानूं कहा सीगा वी लव दे 25 कोड बनाउणे आ गे, आ बना के दित्ते होए सीगे। मैं जस्ट इन्ना कहा सीगा तुहानूं वी इहदे तरीके दस देणे तुसीं मैनूं कि किहड़ा तरीका लग्गिया होया, किहड़ा तरीका लग्गिया होया। हुण इत्थे मैं आपां अल्फाबैट्स नूं लै के ए बी सी नूं लै के चल रहे हैंगे। इत्थे ना तुहानूं मैं 25 कोड बना के दिखाउण लग्गिया, 25 तरह के अलग अलग तरीके। इन्ने क विच दी लंघ गया ना बेटा, मैनूं नहीं लगता भी कोई पेपर इह जिहा रहि जूगा, क्योंकि उत्थे बेटा की आ वीरां गुड मॉर्निंग राजे, उत्थे की हुंदा ना पेपर दे विच जाके बैठ देंगे, आपां नूं क्लीयर होना चाहिए जो क्वेश्चन सामने आ गया। जे इन्ने क तरीके अपने हाथ हेठ दी लंघे होणगे ना, आपदे आप ही स्ट्राइक कर जांदा वी यार हाँ आह तां फलाना तरीका लग्गा होया, आह वाला ट्रिक लग्गा होया, आपदे आप पता लगेगा तुहानूं। जिन्नी इहदे च अड्ड अड्ड तरीके ने, जिन्नी प्रैक्टिस होगी बेटा, एक एक दो दो क्वेश्चन शीट्स के विचों भी चक के करने आएंगे तुसीं, कवरअप करने। मैं तुहानूं तरीके लिखाउण लग्गा इहदे किन्ने, मैं लव दे तुसी सारे ने कोड लिखे सीगे, लव दे तुसी सारे ने कोड लिखे सीगे, मैं लिखाउण लग्गा तुहानू 25 नंबर कोड्स, नंबर कोड्स 25 नंबर कोड लिखाउण लग्गा तुहानू, नंबर कोड्स 25 वर्ड चेंज करता मैं नाले तो ऐड करूँगा उसकी लव की थान से लाव करता। ये 25 कोड बनाने हम, मेरा तो नाम है मैंने तो पता ही है 25 कोड की बन सकते हैं ना। देखो बेटा ध्यान ना समझ के चलना, 25 तरह के नंबर कोडिंग जी पिछले कुछ पेपर के आई हुई हैगी, क्वेश्चन आए हुए है उन्होंने पैटर्न लैके चलन लगे मैं। ये गरंटी रहूगी राजे बोर नहीं होंगे,
क्योंकि इन्हों टॉपिक्स टॉपिक के नाँ जरूर पुराने हैंगे, तुम देखा होगा पिछलियाँ वीडियोस चैक कर लो, सारे जिहड़े आपां टॉपिक करके चलेंगे चाहे पुराने टॉपिक ने चाहे नवे टॉपिक ने, पर ट्रिक ते जिहड़े अपने लगा के चल रहे हैं आपां शॉर्टकट्स ट्रिक्स क्वेश्चन पैटर्न सारा कुछ नवांगा। सिर्फ नाम पुराना रहा जी, सिर्फ नाम पुराना गा के फलाना टॉपिक है, कोडिंग डिकोडिंग का पार्ट है जी, सीरीज़ का पार्ट है जी, ये सिर्फ नाम पुराना रहा जी, क्वेश्चन सारे टोटली नवे पैटर्न नाल पाए जा रहे हैं जी। लो जी हुण आपां इहदे कोड बनाउण लगे हैंगे, लाभ दे कोड बनाने राजे 25 तरह के थोड़ा नंबर कोड बना के दिखाऊंगा। देखो क्वेश्चन किमें आता हों, जे बच्चे भावें पहली क्लास ही ला रहे हो बेटा जी, मैं थोड़ा दस्या भी इस चीज़ पिछे ना जायो कि आ क्वेश्चन आ तरीका लाता, तरीका जोड़ा मर्जी लग जाए राजे, तरीका जोड़ा मर्जी लग जाए। मैं एक क्वेश्चन थोड़ा पहला सिंपल करके दिखा, मैं कोड कि गल कर रहा भी क्वेश्चन अपन बन के किमें आऊगा, फिर वो अडर तरीके अपन तरीके पता होने चाहिए कितने कम आने, ये सारी चीज़ बेटा मैं क्लीयर करके चलूँगा। एज यूजुअल मैं फिर उही गल मैं रिपीट करन लग्यांगा, आपां की कहने हुंदे बेटा जी, जिहड़ी भी क्लास दे विच भावें अज आके बच्चा बैठा गा, क्लास उहनूं भी समझ आऊगी। ट्राई यही हुंदी है कि स्टार्टिंग तो लैके ना, चाहे फस्ट क्लास दे विच बच्चा आके बैठा उहने कदे रीजनिंग भी नहीं देखी, उहनूं भी समझ आऊगी, उहनूं भी समझ आऊगी। एस जीरो तो शुरू करना हुंदा बेटा जी आपां ने। सुखदीप गुड मॉर्निंग राजे, मॉर्निंग वीरा, मॉर्निंग सुमनदीप, समनदीप मॉर्निंग, जसकरन मॉर्निंग राजे, सारे गुड मॉर्निंग, ज्यौंदे रहो ज्यौंदे रहो। हाँ जी बेटा, गॉड ब्लेस। चलो हुण मैं तुहानूं थोड़ा जिहा ना एक हिंट देन लग्या, एक कवरअप करन लग्या सी कि चीज़ किहदी गल कर रहे हैं आपां, आ कोड की है, किहड़े 25 कोड मैं करन लग्यांगा। आपां नूं उत्थे क्वेश्चन लिखिया आजूगा, फॉर एग्जाम्पल एक एग्जाम्पल लैने, कहिंदा लव दा कोड हैगा, उहने आपां नूं एक क्वेश्चन लिख के देता, कहिंदा लव दा कोड हैगा 12 15 22 05। लव दा कोड है कहिंदा, ये वो एक नंबर वाला कोड है, चैक करो आ लव दे 25 कोड बनाए हुए आपने, यह पहले वाला कोड है, नाले तो थोड़ा पहला तरीका क्लीयर हो जूगा। 25 तरीके कराने तुहानू अज, मैं कराने की है कि लव दे, लव दे नहीं करवाउंदा, लव दे करवाऊंगा। लव वाले मैं थोड़ा दस्से सीगे बनाने, अद्धे ने बना भी ले होणगे, जिहड़ा मैं नाम चेंज किया उहदा चेंज करन दा कारण ही इह राजे वी तुसीं बोल रही होवोंगे। जे मैं तुहानू दस्सिया राजे जीरो तो शुरू करना आपां ने, दंदीवाल लेटेस्ट गुड मॉर्निंग, मॉर्निंग भी मॉर्निंग, चैक करना आपां बेटा। देखो सब नालों पहली गल, हाँ जी नंबर लिखिया, वेरी गुड, देखो ध्यान ना समझो बेटा, जदों भी कदे कोई कोड नंबर च लिखा आ गया ना, आपां नूं क्वेश्चन इस तरह आऊगा, आपां नूं कहूगा लव दा कोड हैगा आह वाला 12 15 22 5। उदू बाद कहूगा तुसीं सेम पैटर्न दे नाल इसे तरीके नाल लव दा कोड की बनाओगे। ये दो चीज़ा होंगे बेटा, ध्यान ना समझ के चलो, जो आला हों लव इनू तो कहें वर्ड शब्द, जोड़ा आ वाला हों बेटा इनू कहें कोड। जस्ट एक ना बेस दसन लगे बेटा, उदू बाद अगे जाना है कोड से। सौरभ 12 अंक बन गए सर, वेरी गुड, कोई गल नहीं राजे, वेरी गुड, मैं चंगा लग्या कि एफर्ट किया वधिया गल है, 12 बन गए पच्ची चो कोई दिक्कत वाली गल नहीं, सारे कवरअप करके चलेंगे आप, क्योंकि ना बिच कुछ ऐ जे भी देख के ऐ लगता यार बड़ा धक्का कर गए हैं, इस तरीके का भी क्वेश्चन आ जाता, कोई गल नहीं, क्योंकि ना बेटा जिन्ने तरीके अपने हाथ हेठ लंघे होणगे कल पेपर के क्वेश्चन आता तो अपने सामने होगा, चैक रखे तुसीं। हाँ जी हाँ जी, आ देखो बेटा की चीज़ है, इस वर्ड का आ कोड बनाउणा गा, इहनू कहिंदे कोडिंग, कोड बनाउणा कोडिंग हुंदा, जे कदे कोड नूं तोड़ना आ जाए तो उहनू डी कोडिंग कहिंदे आ, कोड तोड़ना डी कोडिंग हुंदा बेटा, कोड बनाउणा कोडिंग हुंदा, आ चैप्टर का नाम है वैसे कोडिंग डिकोडिंग, कोड बनाना कोड तोड़ना यह चैप्टर का नाम है। ब्लैक असर देखिए, हाँ जी चैक करके रखियो बेटा, इस तरह का क्वेश्चन आऊगा, कहिंदा लव दा कोड हैगा आ वाला। एक चीज़ ध्यान से रखनी है बेटा, तुसीं जदों भी कदे नंबरां दे विच कोड आ जाए, जदों भी कदे नंबरां दे विच कोड आ जाए, सब तो पहली चीज़ बेटा तुहाडे दिमाग च आउणी चाहीदी है, सपोज करो ए आ गया, ए दा नंबर दे विच कोड आ गया, ए वास्ते तुहाडे दिमाग च सब तो पहला आना चाहिए एक, फिर आना चाहिए 26। आ दो चीज़ा थोड़े जदों भी कदे नंबर का कोड बनाओ ना, नंबर कोड आ हुंदा बेटा, देखो ए बी सी अल्फाबैट के आपां दिते गए सीगे, इंग्लिश के अक्षरां दे विच सानू दिता गया सी, ते उहदा कोड नंबरां च बनाया, इहनू नंबर कोड कह दिंदे आपां, नंबरां दे विच बनाया हुआ कोड नंबरिंग वाला है ना। हुण इत्थे देखो ए वास्ते जां तां तुहाडे दिमाग च आना चाहिए एक, जां आना चाहिए 26, ए दा एक जां 26, मेरा कहण दा मतलब की है राजे,
ਇਹ ਦੇਖੋ ਅਗਲੇ ਪਾਸਿਓਂ ਜੇ ਸ਼ੁਰੂ ਕਰੀਏ ਤਾਂ ਪਹਿਲੇ ਤੇ ਆਉਂਦੀ ਹੈ ਜਿਨਵਾਂ ਅੱਖਰ ਹੈ ਜਾਨੀ ਏ ਦਾ ਰੈਂਕ ਕੀ ਹੈਗਾ ਏ ਦੀ ਪੋਜੀਸ਼ਨ ਕਿੰਨਵੀਂ ਹੈਗੀ ਅੱਗੋਂ ਪਹਿਲੇ ਤੇ ਆਉਂਦਾ ਬੇਟਾ ਆਹ ਪੁੱਠੀ ਲਾਈਨ ਲਿਖਣ ਦਾ ਕਾਰਨ ਵੀ ਇਹੀ ਸੀਗਾ ਆਪਣਾ ਜਿਹੜਾ ਨਾਲ ਲਿਖਿਆ ਗਿਆ ਨੰਬਰ ਹੈ ਏ ਦੇ ਨਾਲ ਇੱਕ ਲਿਖਿਆ ਇਹ ਮੂਹਰਲੇ ਪਾਸਿਓਂ ਰੈਂਕ ਹੁੰਦਾ ਜਿਹੜਾ ਸਾਹਮਣੇ ਲਿਖਿਆ ਜਾਵੇ ਇਹ ਪਿਛਲੇ ਪਾਸਿਓਂ ਰੈਂਕ ਹੁੰਦਾ ਜਿਵੇਂ ਮੈਂ ਗੱਲ ਕਰਾਂ ਇਹ ਮੂਹਰੋਂ ਪਹਿਲੇ ਤੇ ਆਉਂਦੀ ਹੈ ਨਾਲ ਇਹਦੇ ਇੱਕ ਲਿਖਿਆ ਹੋਇਆ ਦੇਖੋ ਜੇ ਮੂਹਰੋਂ ਗਿਣਤੀ ਕਰਨ ਲੱਗ ਜਾਈਏ ਆਪਾਂ ਜੇ ਪਿੱਛੋਂ ਗਿਣਤੀ ਕਰਕੇ ਲੈ ਕੇ ਆਈਏ ਆਪਾਂ ਇੱਧਰੋਂ ਘੁੰਮ ਕੇ ਜਾ ਕੇ ਆਈਏ ਤਾਂ ਇਹ 26ਵਾਂ ਅੱਖਰ ਬਣ ਜੂਗਾ ਤਾਂ ਕਰਕੇ ਉਸ ਅੱਖਰ ਦਾ ਅਗਲੇ ਪਾਸਿਓਂ ਨੰਬਰ ਜਾਂ ਪਿਛਲੇ ਪਾਸਿਓਂ ਨੰਬਰ ਕਿਨਵਾਂਗਾ ਕੋਡ ਉਹਦਾ ਕੋਡ ਬਣ ਜਾਂਦਾ ਫਿਰ ਉਦੋਂ ਬਾਅਦ ਕੀ ਹੈ ਜੇ 70% ਕੁਸ਼ਚਨ ਇਹਦੇ 'ਤੇ ਬੇਸਡ ਹੁੰਦੇ ਹੈਗੇ 70% ਕੁਸ਼ਚਨ ਇਹਦੇ 'ਤੇ ਖੜ੍ਹੇ ਹੋਣਗੇ ਇਹਦੇ ਨਾਲ ਸੋਲਵ ਹੋ ਜੂਗਾ ਮਸਲਾ ਹੱਲ ਹੋ ਜੂਗਾ ਆਪਣਾ ਇਹਦੇ ਨਾਲ ਕਿਤੇ ਨਾ ਕਿਤੇ ਤਾਰ ਜੁੜਦੀ ਹੁੰਦੀ ਹੈ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਹੁਣ ਧਿਆਨ ਦੇਣਾ ਕਹਿੰਦਾ ਲਵ ਦਾ ਕੋਡ ਹੈਗਾ 12 15 22 ਠੀਕ ਹੈ ਕੁਛ ਨਾ ਕਰੋ ਚੈੱਕ ਕਰਦੇ ਆਪਾਂ ਐੱਲ ਏ ਬੀ ਸੀ ਦੇ ਵਿੱਚ ਕਿੰਨਵੇਂ ਨੰਬਰ 'ਤੇ ਆਉਂਦਾ ਗਾ ਆਹ ਦੇਖੋ 12ਵੇਂ 'ਤੇ ਉਹ ਕਿੰਨਵੇਂ 'ਤੇ ਆਉਂਦਾ 15ਵੇਂ 'ਤੇ ਵੀਹ ਕਿੰਨਵੇਂ 'ਤੇ ਆਉਂਦਾ VY ਆਪਾਂ ਡਾਇਰੈਕਟਲੀ ਯਾਦ ਕੀਤੇ ਸੀਗੇ ਨਾਲ ਨਾਲ ਬੋਲਦਾ ਰਹੂੰਗਾ ਚਲੋ ਯਾਦ ਹੁੰਦੇ ਰਹਿਣਗੇ VY ਈ ਦਾ ਪਤਾ ਹੀ ਆ 5ਵਾਂ ਗਾ ਚੈੱਕ ਕਰਕੇ ਦੇਖੋ ਆਹੀ ਤਾਂ ਕੋਡ ਦੇ ਰੱਖਿਆ ਸਾਨੂੰ ਆਪਾਂ ਕੀ ਲਿਖਿਆ ਗਾ ਜਸਟ ਉਹਨਾਂ ਦੀ ਨੰਬਰਿੰਗ ਲਿਖਤੀ ਜਸਟ ਇਹਨਾਂ ਦੀ ਨੰਬਰਿੰਗ ਲਿਖਤੀ ਆਹ ਨਵਾਂ ਅੱਖਰ ਹੈ ਆਹ ਨਵਾਂ ਅੱਖਰ ਹੈ ਚੈੱਕ ਕਰਕੇ ਦੇਖੋ ਆਹੀ ਕੋਡ ਹੈ ਇਹਨੇ ਆਹੀ ਤਾਂ ਕੋਡ ਦੇ ਰੱਖਿਆ 12 15 22 ਇਹ ਤਾਂ ਹੈਗਾ ਬੇਟਾ ਅਗਲੇ ਪਾਸਿਓਂ ਰੈਂਕ ਇਹਦਾ ਵੀ ਆਪਾਂ ਅਗਲੇ ਪਾਸਿਓਂ ਰੈਂਕ ਦੇ ਦੇਣਾ ਅਗਲੇ ਪਾਸਿਓਂ ਰੈਂਕ ਦਾ ਮਤਲਬ ਕੀ ਹੈ ਐਲ ਦੇਖੋ ਏ ਬੀ ਸੀ ਦੇ ਵਿੱਚ ਕਿੰਨਵੇਂ 'ਤੇ ਆਉਂਦਾ 12ਵੇਂ ਨੰਬਰ 'ਤੇ ਏ ਕਿੰਨਵੇਂ 'ਤੇ ਆਉਂਦਾ ਪਹਿਲੇ 'ਤੇ ਬੀ ਕਿੰਨਵੇਂ 'ਤੇ ਆਉਂਦਾ ਗਾ ਦੂਜੇ 'ਤੇ ਐਚ ਕਿੰਨਵੇਂ 'ਤੇ ਆਉਂਦਾ ਗਾ 8ਵੇਂ 'ਤੇ ਐਚ ਕਿੰਨਵੇਂ 'ਤੇ ਆਉਂਦਾ 8ਵੇਂ 'ਤੇ ਹਾਂਜੀ ਲਾਭ ਦਾ ਕੋਡ ਬਣ ਗਿਆ 12 12 8 ਠੀਕ ਹੈ ਬਣਾ ਦਿਓ ਕੋਡ ਮੇਰਾ ਕੋਈ ਗੱਲ ਨਹੀਂ ਹਾਂਜੀ 12 12 8 ਸੀਗਾ ਉਹ 12 ਲੱਗਿਆ 01 01 ਕਰਤਾ ਨਾ ਹਾਂ 0 ਰਹਿ ਗਈ ਸੀਗੀ ਲਾਉਣੀ 'ਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ 2 2 ਡਿਜਿਟ ਉੱਥੇ ਪੇਪਰ ਦੇ ਵਿੱਚ ਜਿਹੜੀ ਆਪਸ਼ਨ ਆਨਸਰ ਦਿੱਤਾ ਹੋਣਾ ਉਹਦੇ ਅਕੋਰਡਿੰਗ ਲਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਕਈ ਵਾਰੀ 01 ਲਾਉਂਦਾ ਹੁੰਦਾ ਕਈ ਵਾਰੀ ਇਕੱਲਾ 1 ਵੀ ਲਾ ਦਿੰਦਾ ਹੁਣ ਤੁਹਾਨੂੰ ਆਈਡੀਆ ਹੋ ਗਿਆ ਨਾ ਮੈਂ ਆਈਡੀਆ ਦੇਣ ਵਾਸਤੇ ਇਹ ਕੁਸ਼ਚਨ ਪੁੱਟ ਕੀਤਾ ਸੀਗਾ ਜਸਟ ਹੁਣ ਤਰੀਕੇ ਚੱਲਣਗੇ ਇਹਦੇ ਅੱਡ ਅੱਡ ਕੁਸ਼ਚਨ ਇਸ ਤਰ੍ਹਾਂ ਦਾ ਆਊਗਾ ਨੰਬਰ ਕੋਡਿੰਗ ਦੇ ਵਿੱਚ ਆਹ ਚੀਜ਼ ਹੁੰਦੀ ਹੈਗੀ ਫਲਾਣੇ ਦਾ ਕੋਡ ਆਹ ਸੀਗਾ ਇਹਦਾ ਕੋਡ ਦੱਸੋ ਕੀ ਬਣੂਗਾ ਹੁਣ ਕੋਈ ਮਰਜ਼ੀ ਵਰਡ ਦੇਈ ਜਾਵੇ ਆਪਾਂ ਨੂੰ ਪੁੱਛੂਗਾ ਲਾਭ ਦਾ ਕੋਡ ਕੀ ਹੋਊਗਾ ਇੱਕ ਨੰਬਰ ਕੋਡ ਅਸੀਂ ਸੋਲਵ ਕਰ ਚੁੱਕੇ ਹਾਂਗੇ ਸੈਕਿੰਡ ਕੋਡ ਕੀ ਕਹਿੰਦਾ ਪਹਿਲਾ ਕੋਡ ਅਸੀਂ ਸੋਲਵ ਕਰਤਾ ਰਾਜੇ ਇਹਨੂੰ ਕੀ ਕਹੋਗੇ ਫਰੰਟ ਤੋਂ ਪੋਜੀਸ਼ਨ ਅੱਗੋਂ ਪੋਜੀਸ਼ਨ ਜਿਹੜਾ ਪਹਿਲਾ ਸੀਗਾ ਆਂਸਰ ਆਪਣਾ ਅੱਗੋਂ ਅੱਖਰ ਦੀ ਜਿੰਨੀ ਵੀ ਪੋਜੀਸ਼ਨ ਆ ਉਹੀ ਕੋਡ ਸੀਗਾ ਫਰੰਟ ਤੋਂ ਪੋਜੀਸ਼ਨ ਫਰੰਟ ਤੋਂ ਪੋਜੀਸ਼ਨ ਠੀਕ ਹੈ ਉਸ ਤੋਂ ਬਾਅਦ ਕੀ ਆਪਣੇ ਕੋਲ ਸੈਕਿੰਡ ਐਗਜ਼ਾਮਪਲ ਦੇ ਵਿੱਚ ਕੀ ਦਿੱਤਾ ਹੋਇਆਗਾ ਉਹਨੇ ਆਪਾਂ ਨੂੰ ਪਹਿਲੇ ਦਾ ਆਂਸਰ ਕੀ ਸੀਗਾ ਰਾਜੇ ਪਹਿਲੇ ਦਾ ਆਂਸਰ ਕੀ ਸੀਗਾ 12 15 22 05 ਠੀਕ ਹੈ ਆਹ ਕੋਡ ਦਿੱਤਾ ਸੀਗਾ ਉਹਨੇ ਲਵ ਦਾ ਕੋਡ ਦਿੱਤਾ ਸੀਗਾ ਤੁਸੀਂ ਇਹਦੇ ਪੈਰਲਲ ਨਾ ਲਾਭ ਦਾ ਕੋਡ ਬਣਾ ਕੇ ਦਿਖਾਓਗੇ ਆਹ ਜਿਹੜਾ ਉਹਨੇ ਦਿੱਤਾ ਗਾ ਆਪਾਂ ਨੂੰ ਇਹ ਲਵ ਦਾ ਕੋਡ ਦਿੱਤਾ ਉਹਨੇ ਉਦੋਂ ਬਾਅਦ ਕਿਵੇਂ ਬਣਾਤਾ 15 12 05 22 ਕੀ ਕੀਤਾ ਗਿਆ ਬੇਟਾ ਜਿਹੜਾ ਪਹਿਲੇ ਵਾਲਾ ਕੁਸ਼ਚਨ ਸੀਗਾ ਪਹਿਲੇ ਵਾਲੇ 'ਚ ਕੀ ਕੀਤਾ ਸੀਗਾ ਫਰੰਟ ਤੋਂ ਜਿੰਨਵਾਂ ਨੰਬਰ ਹੈ ਉਹ ਲਿਖਤਾ ਸੀਗਾ ਹੁਣ ਇਹਦੇ ਵਿੱਚ ਕੀ ਕਰਤਾ ਹੈ ਤਾਂ ਉਹੀ ਕਹਾਣੀ ਹੈ ਪਰ ਉਦੋਂ ਬਾਅਦ ਨਾ ਜੰਬਲ ਕਰਤੇ ਕ੍ਰੋਸ ਕਰਤੇ ਸੋਰੀ ਇਸ ਤਰ੍ਹਾਂ ਪਹਿਲੇ ਨੂੰ ਦੂਜੇ ਵਾਲੀ ਥਾਂ 'ਤੇ ਲੈ ਗਿਆ ਦੂਜੇ ਨੂੰ ਪਹਿਲੇ ਵਾਲੀ 'ਤੇ ਤੀਜੇ ਨੂੰ ਚੌਥੇ ਵਾਲੀ 'ਤੇ ਚੌਥੇ ਨੂੰ ਪਹਿਲੇ ਕ੍ਰੋਸ ਜਿਵੇਂ ਕ੍ਰੋਸ ਮਲਟੀਪਲਾਈ ਕਹਿੰਦੇ ਹੁੰਦੇ ਆਪਾਂ ਕ੍ਰੋਸ ਕਰਤੇ ਨੇ ਆਹ ਇੱਧਰ ਲਿਆਂਦਾ ਆਹ ਇੱਧਰ ਲਿਆਂਦਾ ਆਹ ਇੱਧਰ ਲੈ ਗਿਆ ਇੱਧਰ ਲੈ ਗਿਆ ਕੁਸ਼ਚਨ ਦਾ ਪੈਟਰਨ ਸੇਮ ਰਹੂਗਾ ਤਰੀਕਾ ਸੇਮ ਰਹੂਗਾ ਤਰੀਕੇ 'ਚ ਕੋਈ ਫਰਕ ਨਹੀਂ ਗਾ ਕਿਰਨਜੀਤ ਹਾਂਜੀ ਮੈਨੂੰ ਨਾ ਮੈਂ ਇੱਥੇ ਤੁਹਾਡੇ ਕੋਲ ਕੋਡ ਲਿਖਿਆ ਕਰੂੰਗਾ ਮੈਨੂੰ ਤੁਸੀਂ ਐਂ ਦੱਸ ਦਿਆ ਕਰੋ ਵੀ ਇਹ ਕੋਡ ਬਣਿਆ ਕਿਵੇਂ ਹੈਗਾ ਠੀਕ ਹੈ ਇਹ ਸਾਰੇ ਲਵ ਦੇ ਕੋਡ ਬਣਾ ਰਹੇ ਹਾਂ ਆਪਾਂ ਇਹਦੇ ਪੈਰਲਰੀ ਜਿਵੇਂ ਮੈਂ ਆਹ ਲਵ ਲਿਖਿਆ ਹੈਗਾ ਇਹਦੇ ਨਾਲ ਲਿਖਿਆ ਤੁਸੀਂ ਇੱਥੇ ਨਾਲ ਲਿਖ ਲਓ ਲਾਭ ਤੁਸੀਂ ਇਹਦੇ ਕੋਡ ਬਣਾਈ ਜਾਣੇ ਨਾਲ ਨਾਲ ਲਵ ਵਾਲੇ ਤਾਂ ਮੈਂ ਬਣਾ ਬਣਾ ਕੇ ਦਿਖਾਈ ਜਾਂਦਾ ਤੁਹਾਨੂੰ ਤਰੀਕਾ ਵੀ ਦੱਸੀ ਜਾਂਦਾ ਉਹੀ ਤਰੀਕਾ ਲਾ ਕੇ ਇਹਦਾ ਕੋਡ ਬਣਾਉਣਾ ਜਿਵੇਂ ਮੈਂ ਇੱਕ ਨੰਬਰ ਦੇ ਹਿਸਾਬ ਨਾਲ ਕਵਾਂ ਹੁਣ ਇੱਕ ਨੰਬਰ ਦੇ ਹਿਸਾਬ ਨਾਲ ਕੀ ਸੀ ਜਿੰਨਵਾਂ ਅੱਖਰ ਸੀਗਾ ਉਹਨਵਾਂ ਹੀ ਕੋਡ ਲਿਖਤਾ ਸੀ ਆਪਾਂ ਨੇ ਹੁਣ ਇੱਕ ਨੰਬਰ ਦੇ ਹਿਸਾਬ ਨਾਲ ਤੁਸੀਂ ਲਾਭ ਦਾ ਕੋਡ ਬਣਾਉਣਾ ਹੋਵੇ ਐੱਲ 12ਵਾਂ ਅੱਖਰ ਹੈ ਏ ਬੀ ਸੀ ਜਿੰਨੇ ਕੰਮ ਆਇਆ ਕਰੋ ਇਹਦੇ 'ਚ ਏ ਪਹਿਲਾ 01 ਬੀ ਦੂਜਾ 02 ਅਤੇ ਐੱਚ 08ਵਾਂ ਅਤੇ ਦੂਜੇ ਕੁਸ਼ਚਨ ਦੇ ਵਿੱਚ ਕੀ ਕੀਤਾ ਸੀ ਇਹਨੇ ਦੂਜਾ ਤਰੀਕਾ ਕੀ ਸੀ ਇਹਨਾਂ ਨੂੰ ਕ੍ਰੋਸ ਕਰਤਾ ਸੀਗਾ ਯਾਨੀ ਕਿ 01 12 ਇੱਧਰ ਚਲਾ ਜਾਊਗਾ ਆਹ ਦੋਨੇ ਕ੍ਰੋਸ ਹੋ ਜਾਣਗੇ 08 ਅਤੇ 02 ਇੱਧਰ ਚਲਾ ਜਾਊਗਾ ਆਹ ਬਣ ਗਏ ਦੋਨੇ ਤਰ੍ਹਾਂ ਦੇ ਕੋਡ ਆਪਣੇ ਹੁਣ ਤੀਜੀ ਤਰ੍ਹਾਂ ਦਾ ਕੋਡ ਹੈਗਾ ਆਹ ਵਾਲਾ ਤੁਸੀਂ ਤਰੀਕਾ ਦੱਸਣਾ ਮੈਨੂੰ ਲਵ ਦਾ ਕੋਡ ਬਣਾਉਣ ਲੱਗਿਆ ਮੈਂ ਤੀਜਾ ਕੋਡ ਦਿੱਤਾ ਗਿਆ 16
उन्नी छब्बी जीरो नौ आ चीज़ ध्यान च रख के चलनी है बेटा तुसी है ना। तीजे दे विच थोड़ा की लगता भी की तरीका लगे है ना। ਆਪਾਂ ਇਹਦਾ ਕੋਡ ਬਣਾ ਰਹੇ ਹਾਂ ਜਿਹੜਾ ਤੁਹਾਨੂੰ ਮੈਂ ਕੋਡ ਬਣਾ ਕੇ ਦੇਈ ਜਾਂਦਾ ਇਹ ਇਹਦੇ ਕੋਡ ਨੇ ਲਵ ਦੇ ਕੋਡ ਨੇ। ਐੱਲ ਦਾ ਕਿੰਨਵਾਂ ਸੀਗਾ? ਬਾਰਵਾਂ ਅੱਖਰ ਸੀਗਾ ਆਹ ਲਿਖਿਆ ਪਿਆ ਨਾ ਆਪਣੇ ਕੋਲ। ਆਹ ਪੰਦਰਵਾਂ ਸੀਗਾ। ਹਰ ਇੱਕ ਕੁਸ਼ਚਨ ਨੂੰ ਇਹਦੇ ਨਾਲ ਜੋੜ ਕੇ ਦੇਖਣਾ ਤੁਸੀਂ ਵੀ ਇਹਦੇ ਨਾਲ ਜੁੜ ਜੇ ਤਾਂ ਕੀ ਰਿਲੇਸ਼ਨ ਲੱਗਦਾ ਗਾ। ਬਾਈ ਜ਼ੀਰੋ ਪੰਜ ਆਹ ਚਾਰ ਅੱਖਰ ਨੇ ਰਾਜੇ ਆਪਣੇ ਕੋਲ। ਹੁਣ ਇਹਦੇ ਤੋਂ ਆਹ ਬਣਾਏ ਗਏ ਨੇ। ਕੀ ਕੀਤਾ ਆਪਣਾ ਤਰੀਕਾ ਕੀ ਲਾਇਆ ਗਿਆ? ਪੈਟਰਨ ਕੀ ਹੈ? ਤਰੀਕਾ ਕੀ ਹੈ? ਹਾਂਜੀ ਸੌਰਵ ਗਰਗ ਵੈਰੀ ਗੁੱਡ ਰਾਜੇ। ਚਾਰ ਪਲੱਸ ਹੈ ਜੀ ਥਰਡ 'ਚ। ਸਹੀ ਹੈ ਗੱਲ। ਕੀ ਕੀਤਾ ਗਿਆ ਬੇਟਾ? ਮੈਂ ਤੁਹਾਨੂੰ ਦੱਸਿਆ ਸੀ ਨਾ ਡਾਇਰੈਕਟਲੀ ਇਨਡਾਇਰੈਕਟਲੀ ਤਾਰ 70% ਕੁਸ਼ਚਨਾਂ ਦੀ ਤਾਰ ਇਹਦੇ ਨਾਲ ਜੁੜੂਗੀ। ਇਹਦੇ ਨਾਲ ਦਾ ਮਤਲਬ ਕੀ ਹੈ? ਉਹਦਾ ਅਗਲੇ ਪਾਸਿਓ ਰੈਂਕ ਜਾਂ ਉਹਦਾ ਪਿਛਲੇ ਪਾਸਿਓ ਰੈਂਕ। ਇਹ ਹੁਣ ਬਣਿਆ ਕਿਵੇਂ ਹੈ ਬੇਟਾ ਜੀ? ਜਿੰਨਾ ਜਿੰਨਾ ਅੱਖਰ ਸੀਗਾ ਹਰ ਇੱਕ ਦੇ ਵਿੱਚ ਚਾਰ ਜੋੜ ਕੇ ਲਿਖਤਾ ਉਹਨੇ, ਆਹ ਕੋਡ ਬਣਾਤਾ, ਪਲੱਸ ਚਾਰ ਕਰਤੇ ਉਹਨੇ। ਇਹਨੂੰ ਕਿਵੇਂ ਤਿਆਰ ਕੀਤਾ ਗਿਆ ਉਹਨੇ? ਪਲੱਸ ਚਾਰ ਕਰਤੇ ਇਹਦੇ 'ਚ। ਪਲੱਸ ਚਾਰ ਕਿਹਦੇ 'ਚ ਕੀਤੇ? ਦੇਖੋ ਬੇਟਾ ਐੱਲ ਬਾਰਵਾਂ ਅੱਖਰ ਹੁੰਦਾ ਗਾ, ਲਵ ਦੇ ਦੇਖਦੇ ਆਪਾਂ। ਐੱਲ ਬਾਰਵਾਂ ਅੱਖਰ ਹੁੰਦਾ, ਇਹਨੇ ਕੋਡ ਬਣਾਇਆ ਗਾ 16, ਯਾਨੀ ਕਿ 12 'ਚ 4 ਜੋੜਤੇ, ਠੀਕ ਹੈ। ਫਿਰ ਉਹ 15ਵਾਂ ਹੁੰਦਾ, ਇਹਨੇ 19 ਬਣਾਇਆ 4 ਜੋੜਤੇ। 22 ਦੇ ਵਿੱਚ 4 ਜੋੜ ਕੇ 26 ਬਣ ਗਿਆ। 5 ਦੇ ਵਿੱਚ 4 ਜੋੜ ਕੇ 9 ਬਣ ਗਿਆ। ਸਾਰਿਆਂ ਦੇ ਵਿੱਚ 4-4 ਜੋੜੇ ਗਏ ਹੈਗੇ। ਹੁਣ ਇੱਥੇ ਲਾਭ ਦਾ ਕੋਡ ਬਣਾਉਣਾ ਆਪਾਂ। ਹੁਣ ਮੈਂ ਲਾਭ ਦੇ ਆਹ 12, 1, 2 ਅਤੇ 8 ਇਹਨਾਂ ਦੇ ਵਿੱਚ ਆਪਾਂ ਜਦੋਂ 4-4 ਜੋੜਾਂਗੇ, 12 'ਚ 4 ਜੋੜਦੀ ਆਪਾਂ 16 ਆ ਜਾਏਗਾ, 1 ਦੇ ਵਿੱਚ 4 ਜੋੜ ਦਿਆਂਗੇ ਬੇਟਾ 5 ਆ ਜਾਏਗਾ, 2 ਦੇ ਵਿੱਚ 4 ਜੋੜ ਦਿਆਂਗੇ 6 ਆ ਜਾਏਗਾ, 8 ਦੇ ਵਿੱਚ 4 ਜੋੜ ਦਿਆਂਗੇ 8 4 12 ਆ ਜਾਏਗਾ। ਸੋਰੀ, ਇਹ ਤੀਜੀ ਤਰ੍ਹਾਂ ਦਾ ਕੋਡ ਬਣ ਗਿਆ ਆਪਣੇ ਕੋਲ। 16 5 0 6 12 ਇਹ ਕਰੈਕਟ ਆਂਸਰ ਆ ਜੀ। ਬਣਾ ਦੇ ਫਿਰ ਉਹੀ ਗੱਲ ਆ, ਉਹਦੇ 25 ਕੋਡ ਬਣਾਉਣਾ ਜੇ ਘੁਮਾ ਦਿਓ ਭੂਮੀਰੀ। ਹਾਂਜੀ, ਹੁਣ ਕੀ ਆ ਅੱਗੇ? ਉਸ ਤੋਂ ਬਾਅਦ ਫੋਰਥ ਕੁਸ਼ਚਨ। ਇੰਨੇ ਕੁ ਤਰੀਕੇ ਆਪਣੇ ਹੱਥ ਹੇਠ ਦੀ ਲੰਘ ਜਾਣਗੇ ਰਾਜੇ, ਪੇਪਰ ਦੇ ਵਿੱਚ ਆਉਂਦਾ ਨਾ ਨਾਲ ਦੀ ਨਾਲ ਸਟ੍ਰਾਈਕ ਕਰ ਜਾ ਕਰੂ। ਕਈ ਵਾਰ ਤਾਂ ਨਾ ਆਪਣੇ ਆਂਸਰ ਵੀ ਯਾਦ ਹੋ ਜਾਂਦੇ ਵੀ ਯਾਰ ਅਜੇ ਤਾਂ ਆਹ ਆਂਸਰ ਸੀਗਾ। ਅੱਧਾ ਕੁ ਯਾਦ ਹੋਵੇ ਨਾ ਪੇਪਰ ਦੇ ਵਿੱਚ ਜਾ ਕੇ 100% ਹੋ ਜਾਂਦਾ ਉਹ। ਲਓ ਬੇਟਾ ਜੀ, ਹੁਣ ਕੀ ਕੀਤਾ ਗਾ? ਲਵ ਦਾ ਕੋਡ ਹੈਗਾ ਕਹਿੰਦਾ 8 11 18 01 ਆਹ ਸੀਗਾ, ਚੌਥੀ ਟਾਈਪ ਦਾ ਕੋਡ ਹੈ ਇਹ। ਤਾਂ ਲਵ ਦਾ ਕੋਡ ਕੀ ਬਣਾਓਗੇ? ਪਹਿਲਾਂ ਤਾਂ ਇਹ ਦੱਸੋ ਵੀ ਲਵ ਦਾ ਕੋਡ ਬਣਿਆ ਕਿਵੇਂ ਹੈ ਇਹ। ਵੈਰੀ ਗੁੱਡ ਸੌਰਵ, ਠੀਕ ਹੈ ਨਾ ਜੀ? ਹਾਂ, ਹੁਣ ਲੱਗਦਾ ਪਤਾ ਵੀ ਕੀਤੇ ਹੈਗੇ, ਮੱਥਾ ਮਾਰਿਆ ਹੋਇਆ ਕਹਿਣ ਦਾ ਮਤਲਬ। ਚੰਗੀ ਗੱਲ ਹੈ, ਆਉਣ ਨਾ ਆਉਣ ਕੋਈ ਦਿੱਕਤ ਵਾਲੀ ਗੱਲ ਨਹੀਂ, ਐਫਰਟ ਜ਼ਰੂਰੀ ਹੈ ਬੇਟਾ, ਮਿਹਨਤ ਲਾਉਣੀ ਜ਼ਰੂਰੀ ਹੈ। ਦੇਖੋ ਉਹੀ ਕਹਾਣੀ 'ਤੇ ਫਿਰ ਆ ਜਾਓ ਆਪਾਂ। ਐੱਲ 12ਵਾਂ ਅੱਖਰ ਹੈ ਪਰ ਇਹਨੇ ਕੋਡ ਕਿੰਨਾ ਬਣਾਇਆ ਗਾ? 8। ਐੱਲ 12 ਨੰਬਰ 'ਤੇ ਆਉਂਦਾ ਗਾ, ਕੋਡ ਬਣਾਇਆ ਇਹਨੇ 8। ਕੀ ਕਰਤਾ ਇਹਨੇ ਫਿਰ? ਮਾਈਨਸ 4 ਕਰਤੇ ਰਾਜੇ। ਪਹਿਲਾਂ ਵਾਲੇ 'ਚ 4-4 ਜੋੜ ਕੇ ਕੋਡ ਬਣਾਤਾ ਸੀਗਾ, ਹੁਣ 4-4 ਘਟਾਈ ਜਾਂਦਾ। ਹੁਣ 4 ਮਾਈਨਸ ਕਰਤੇ 16 'ਚੋਂ, ਸੋਰੀ 12 ਦੇ ਵਿੱਚੋਂ 4 ਗਏ, ਫਿਰ 15 'ਚੋਂ 4 ਗਏ 11, 22 ਦੇ ਵਿੱਚੋਂ 4 ਗਏ 18, 5 ਦੇ ਵਿੱਚੋਂ 4 ਗਏ 1। 4-4 ਮਾਈਨਸ ਕਰਤੇ ਰਾਜੇ। ਹੁਣ ਇਹਦੇ 'ਚੋਂ ਆਪਾਂ 4-4 ਮਾਈਨਸ ਕਰਨੇ ਹੈਗੇ ਲਾਭ ਦੇ ਵਿੱਚ। 16 'ਚੋਂ 4 ਗਏ 12, 5 'ਚੋਂ 4 ਗਏ 1, 6 'ਚੋਂ 4 ਸੋਰੀ 1 'ਚੋਂ 4 ਗਏ ਮਾਈਨਸ 3, 2 'ਚੋਂ 4 ਗਏ ਮਾਈਨਸ 2 ਅਤੇ 8 'ਚੋਂ 4 ਗਏ 4। ਮਾਈਨਸ ਦੇ ਵਿੱਚ ਵੀ ਆ ਜਾਂਦਾ ਇੱਕ ਨਾ, ਇੱਥੇ ਲਾਸਟ 'ਤੇ ਆਇਓ ਉਹ ਵੀ ਠੀਕ ਹੈ। ਆਹ ਦੇਖੋ ਇੱਥੇ ਜਦੋਂ ਆਪਾਂ 4-4 ਪਲੱਸ ਕੀਤੇ ਸੀ ਨਾ, ਜਦੋਂ 22ਵੇਂ ਦੇ ਵਿੱਚ, ਯਾਨੀ ਕਿ 20 ਸੀਗਾ ਵੈਸੇ ਆਪਣਾ, 20 22ਵਾਂ ਅੱਖਰ ਹੁੰਦਾ, ਜਦੋਂ ਇਹਦੇ 'ਚ 4 ਪਲੱਸ ਕਰਤੇ ਸੀ 26 ਬਣ ਗਿਆ ਸੀਗਾ, 26 ਸਾਡਾ ਆਂਸਰ ਸੀਗਾ, ਕਰੈਕਟ ਆਂਸਰ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਇੱਥੇ 20 ਦੀ ਥਾਂ 'ਤੇ ਸਪੋਜ਼ ਕਰੋ ਮੈਨੂੰ ਐਕਸ ਦੇ ਦਿੰਦਾ, 20 ਦੀ ਥਾਂ 'ਤੇ ਮੈਨੂੰ ਐਕਸ ਦੇ ਦਿੰਦਾ ਅਤੇ ਮੈਂ 4 ਜੋੜਨੇ ਹੁੰਦੇ, ਫਿਰ ਕੀ ਬਣਨਾ ਸੀਗਾ? ਐਕਸ ਦੇ ਵਿੱਚ 4 ਜੋੜ ਕੇ ਮੈਂ ਕੋਡ ਬਣਾਉਣਾ ਸੀਗਾ। ਐਕਸ ਕਿੰਨਵਾਂ ਅੱਖਰ ਹੈ ਬੇਟਾ? 24ਵਾਂ। 24 'ਚ 4 ਜੋੜ ਕੇ ਕਿੰਨੇ ਬਣ ਗਏ? 28। ਪਤਾ ਕੀ ਹੁੰਦਾ, ਕਈ ਵਾਰੀ ਨਾ ਇਹ 28 ਨੂੰ ਕੰਸਿਡਰ ਨਹੀਂ ਕਰਦਾ, ਕਹਿਣ ਦਾ ਮਤਲਬ 26 ਤੋਂ ਬਾਅਦ 27 ਨੂੰ ਕੰਸਿਡਰ ਨਹੀਂ ਕਰਦਾ, 28 ਨੂੰ ਕੰਸਿਡਰ ਨਹੀਂ ਕਰਦਾ, ਇਹ ਕੀ ਕਰਦਾ ਨਾ 26 ਤੋਂ ਬਾਅਦ ਦੁਬਾਰੇ ABC ਸ਼ੁਰੂ ਕਰ ਦਿੰਦਾ, ABC ਦੇ ਦੁਬਾਰੇ ਚੱਲਦੀ ਚੱਲਦੀ ਹੈ, ਨੰਬਰਿੰਗ ਵੀ ਦੁਬਾਰੇ ਸ਼ੁਰੂ ਕਰ ਦਿੰਦਾ। ਜਦੋਂ ਕਿਤੇ ਸਾਡਾ ਆਂਸਰ ਆ ਗਿਆ 27, ਤਾਂ ਇਹ 27 ਨੂੰ ਕਈ ਵਾਰੀ 1 ਮੰਨ ਲੈਂਦਾ, ਉੱਥੇ ਆਂਸਰ ਦੇ ਵਿੱਚ 1 ਦਿੱਤਾ ਪਿਆ ਹੁੰਦਾ। ਜੇ ਸਾਡਾ ਆਂਸਰ ਆ ਗਿਆ 28, ਇਹ 02 ਦੇ ਹੀ ਬੈਠਾ ਹੁੰਦਾ ਉੱਥੇ, ਤਾਂ ਇਸ 'ਚ ਕਨਫਿਊਜ਼ ਨਾ ਹੋ ਜਾਓ, ਯਾਦ ਰੱਖਿਓ 26 ਤੋਂ ਬਾਅਦ ਕਈ ਵਾਰੀ ਨਾ ਉਹ ਦੁਬਾਰੇ 1 ਤੋਂ ਸ਼ੁਰੂ ਕਰ ਦਿੰਦਾ,
ਜੇ ਤਾਂ 27-28 ਦਿੱਤਾ ਹੀ ਹੋਇਆ ਫਿਰ ਤਾਂ ਸਿੱਧਾ ਹੀ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ। ਨਹੀਂ ਤਾਂ ਫਿਰ ਕੀ ਕਰਦਾ ਉਹ 27 ਨੂੰ 1 ਕਹਿੰਦਾ, 28 ਨੂੰ 2, 29, 30, 31 ਇਸ ਤਰ੍ਹਾਂ ਕਰਕੇ ਉਹਨਾਂ ਨੂੰ 1-2 ਦੇ ਵਿੱਚ ਕਨਵਰਟ ਕਰ ਦਿੰਦਾ ਹੈਗਾ। ਇਹ ਧਿਆਨ 'ਚ ਰੱਖ ਕੇ ਚੱਲਿਓ। ਹੁਣ ਆ ਗਿਆ ਬੇਟਾ ਜੀ ਆਪਣੇ ਕੋਲ ਨੈਕਸਟ ਪੰਜਵਾਂ ਕੋਡ। ਪੰਜਵਾਂ ਕੋਡ ਕੀ ਬਣਿਆ ਹੋਇਆ ਆਪਣੇ ਕੋਲ, ਇਹ ਬੜੇ ਕਨਫਿਊਜ਼ ਕਰਦੇ, ਪੇਪਰਾਂ ਦੇ ਵਿੱਚ ਆਉਂਦੇ ਹੈਗੇ, ਬੜੇ ਵਧੀਆ ਕੋਡ ਨੇਗੇ। 12-15, 15-12, 22-05 ਅਤੇ 05-22। ਹੁਣ ਧਿਆਨ ਨਾਲ ਦੇਖ ਕੇ ਚੱਲੀਏ, ਅੱਖਰ ਤਾਂ ਆਪਣੇ ਕੋਲ 4 ਨੇ, ਅੱਖਰ ਤਾਂ ਆਪਣੇ ਕੋਲ 4 ਨੇ, LOVE, ਅਤੇ ਕੋਡ ਬਣ ਗਿਆ ਆਪਣਾ ਇੰਨੇ ਅੱਖਰਾਂ ਦਾ। ਇਟ ਮੀਨਸ ਇੱਕ ਅੱਖਰ ਦੇ ਪਿੱਛੇ ਮਲਟੀਪਲ ਨੰਬਰਸ ਦਾ ਕੋਡ ਹੈ, ਇੱਕ ਤੋਂ ਵੱਧ ਦਾ ਕੋਡ ਹੈ, ਇੱਕ ਅੱਖਰ ਦੇ ਪਿੱਛੇ ਇੱਕ ਤੋਂ ਵੱਧ ਦਾ ਕੋਡ ਹੈ। ਚੈੱਕ ਕਰੋ ਕੀ ਲੱਗਿਆ ਫਿਰ, ਆਹ ਨਾ ਯਾਦ ਰੱਖ ਲਓ ਬੇਟਾ, ਜੇ ਆਪਾਂ ਲਵ ਦਾ ਕੋਡ ਬਣਾ ਰਹੇ ਹਾਂ 12, 15, 22 ਅਤੇ 5, ਜਿੱਥੇ ਜਿੱਥੇ ਇਹ ਯੂਜ਼ ਹੋ ਰਿਹਾ ਤਾਂ ਸਿੱਧਾ ਇਹਦਾ ਪੁਜੀਸ਼ਨ ਹੀ ਹੈ, ਸਿੱਧੀ ਇਹਦੀ ਪੁਜੀਸ਼ਨ ਹੀ ਹੈ। ਜਿਵੇਂ ਮੈਂ ਤੁਹਾਨੂੰ ਇੱਥੇ ਵੀ ਦੱਸ ਕੇ ਚੱਲਿਆ ਸੀਗਾ ਵੀ ਨਾਲ ਲਿਖਿਆ ਹੋਇਆ ਮੂਹਰੋਂ ਰੈਂਕ ਹੈ, ਸਾਹਮਣੇ ਲਿਖਿਆ ਹੋਇਆ ਪਿਛਲੇ ਪਾਸੇ ਰੈਂਕ ਹੁੰਦਾ। ਇੱਕ ਇਹਦਾ ਇਹ ਤਾਂ ਬਣਦੇ ਆ ਰਾਜੇ ਜੇ ਆਹ ਲਾਈਨ ਆਪਾਂ ਪੁੱਠੀ ਲਿਖਾਂਗੇ। ਇੱਕ ਇਹਦਾ ਯੂਨੀਵਰਸਲ ਟ੍ਰਿਕ ਹੁੰਦਾ ਗਾ ਸਦਾ ਵਾਸਤੇ, ਜਿਹੜਾ ਸਹੀ ਕਹੀਏ ਆਪਾਂ, ਹਰ ਇੱਕ ਅੱਖਰ ਦਾ ਨਾ ਦੋਨੇ ਪਾਸਿਆਂ ਦਾ ਜੋੜ 27 ਬਣਦਾ ਹੁੰਦਾ। ਇਹ ਦੇਖੋ ਮੂਹਰੋਂ ਪਹਿਲੇ 'ਤੇ ਆਉਂਦਾ, ਪਿੱਛੋਂ 26ਵੇਂ 'ਤੇ ਆਉਂਦਾ, ਦੋਨਾਂ ਦਾ ਜੋੜ ਕਰ ਦਈਏ 27 ਬਣ ਜੂਗਾ। ਬੀ ਚੈੱਕ ਕਰ ਲਓ, ਮੂਹਰੋਂ ਦੂਜੇ 'ਤੇ ਆਉਂਦਾ, ਪਿਛਲੇ ਪਾਸੇ 25ਵੇਂ 'ਤੇ ਆਊਗਾ, 25 ਅਤੇ 2, 27। ਕੋਈ ਮਰਜ਼ੀ ਅੱਖਰ ਚੱਕ ਲਓ, ਦੋਨੇ ਪਾਸਿਆਂ ਦਾ ਜੋੜ 27 ਬਣੂਗਾ। ਜਦੋਂ ਵੀ ਆਪਾਂ ਕਿਸੇ ਅੱਖਰ ਨੂੰ ਕੱਢਣਾ ਗਾ, ਜਿਵੇਂ ਆਪਾਂ ਨੂੰ ਕਹਿ ਤਾ ਉਹਨੇ G7 ਜੀ ਅਗਲੇ ਪਾਸਿਓਂ, ਪਿਛਲੇ ਪਾਸੋਂ ਕਿੰਨਵਾਂ ਹੋਊਗਾ, ਚੁੱਪ ਕਰਕੇ 27 ਦੇ ਵਿੱਚੋਂ ਘਟਾ ਦਿਓ ਜਿਹੜਾ ਪਾਸਾ ਦਿੱਤਾ ਹੋਇਆ ਸਾਨੂੰ, 27 'ਚੋਂ 7 ਕੱਢੇ 20, ਤਾਂ ਦੂਜੇ ਪਾਸਿਓਂ ਆਪੇ ਰੈਂਕ ਨਿਕਲਿਆ ਹੋਊਗਾ, ਤਾਂ ਆ ਪਿਛਲੇ ਪਾਸੋਂ 20ਵੇਂ 'ਤੇ ਆਜੂਗਾ। ਚੈੱਕ ਕਰਕੇ ਦੇਖ ਸਕਦੇ ਹੋ ਤੁਸੀਂ, ਜੀ ਮੂਹਰੋਂ 7ਵੇਂ 'ਤੇ ਆਉਂਦਾ, ਇਹਦੇ ਨਾਲ 7 ਲਿਖਿਆ, ਅਤੇ ਪਿਛਲੇ ਪਾਸੋਂ 20ਵੇਂ 'ਤੇ ਆਉਂਦਾ, ਇਹਦੇ ਸਾਹਮਣੇ 20 ਲਿਖਿਆ ਹੋਇਆ ਹੈਗਾ। ਹੁਣ ਚੈੱਕ ਕਰਕੇ ਚੱਲਣਾ ਆਪਾਂ ਨੇ, ਸਰ ਆ ਸੀਗਾ ਉਹ ਚੌਥਾ ਪੰਜਵਾਂ ਆਪਣੇ ਕੋਲ ਆਇਆ ਹੋਇਆ। ਹੁਣ ਚੈੱਕ ਕਰਕੇ ਦੇਖੋ ਬੇਟਾ, ਉਹੀ ਨੰਬਰ ਤਾਂ ਘੁੰਮੀ ਜਾਂਦੇ ਹੈਗੇ, 12-15 ਉਹੀ ਨੰਬਰ ਨੇ ਸਾਰੇ, ਉਹਨਾਂ ਦੀ ਪੁਜੀਸ਼ਨ ਹੈ ਜਿਹੜੀ। ਹਾਂਜੀ, ਹੁਣ ਚੈੱਕ ਕੀ ਕਰਨਾ ਆਪਾਂ ਨੇ, ਇੱਕ ਕੋਡ ਆ ਹੋ ਗਿਆ, ਦੂਜਾ ਆ ਹੋ ਗਿਆ, ਤੀਜਾ ਆ ਹੋ ਗਿਆ, 4 ਅੱਖਰਾਂ ਦਾ ਆਪਣੇ ਕੋਲ LOVE। ਕੀ ਬਣਾ ਕੇ ਚੱਲ ਰਿਹਾ ਉਹ, ਐਲ ਕਿੰਨਵਾਂ ਗਾ, 12ਵਾਂ, ਅਗਲੇ ਪਾਸਿਓਂ 12ਵਾਂ, ਅਤੇ ਪਿਛਲੇ ਪਾਸਿਓਂ ਚੈੱਕ ਕਰਕੇ ਦੇਖੀਏ, ਜੇ ਐਲ ਨੂੰ ਪਿਛਲੇ ਪਾਸੇ ਅੱਗੋਂ ਦੇਖੋ 12ਵਾਂ ਅੱਖਰ ਹੈ, ਜੇ ਇਹਦੇ ਸਾਹਮਣੇ ਕਿੰਨਾ ਲਿਖਿਆ ਹੋਇਆ 15, ਤਾਂ ਪਿਛਲੇ ਪਾਸਿਓਂ 15ਵਾਂ ਗਾ। ਆਹ ਦੋਨੇ ਪਾਸਿਆਂ ਦੀ ਪੁਜੀਸ਼ਨ ਕੋਡ ਦਿੱਤਾ ਹੋਇਆ ਰਾਜੇ, ਐਲ ਦਾ ਕੋਡ 12-15 ਦਿੱਤਾ ਹੋਇਆ, 12 ਤਾਂ ਇਹਦਾ ਮੂਹਰਲੇ ਪਾਸਿਓਂ ਨੰਬਰ ਹੈਗਾ, 15 ਇਹਦਾ ਪਿਛਲੇ ਪਾਸਿਓਂ ਨੰਬਰ ਹੈ, 12ਵਾਂ ਰੈਂਕ ਮੂਹਰੋਂ ਆਉਂਗਾ, 15ਵਾਂ ਰੈਂਕ ਇਹਦਾ ਪਿਛਲੇ ਪਾਸਿਓਂ, ਜਾਣੀ ਕਿ ਦੋਨੇ ਪਾਸਿਆਂ ਦੇ ਰੈਂਕ ਲਿਖਤੇ। ਆਹ ਦੇਖੋ ਦੋਨਾਂ ਜੋੜ 27 ਬਣ ਰਿਹਾ ਹੈਗਾ, 15 ਅਤੇ 12, ਉਹ ਮੂਹਰੋਂ 15ਵੇਂ 'ਤੇ ਆਉਂਦੀ ਹੈ, ਪਿੱਛੋਂ 12ਵੇਂ 'ਤੇ ਆਉਂਦੀ ਹੈ, 27 ਬਣੂਗਾ ਤਾਂਹੀਓਂ। 20 ਦੇਖੋ ਅੱਗੋਂ 22ਵੇਂ 'ਤੇ ਆਉਂਦੀ ਹੈ, ਅੱਗੋਂ ਅਤੇ ਪਿੱਛੋਂ ਦੋਨੇ ਤਰ੍ਹਾਂ ਦੀ ਪੁਜੀਸ਼ਨ ਲਿਖਤੀ, ਅਗਲੀ ਅਤੇ ਪਿਛਲੀ ਦੋਨੇ ਤਰ੍ਹਾਂ ਦੀ ਪੁਜੀਸ਼ਨ ਲਿਖਤੀ। ਲਾਭ ਦਾ ਕੋਡ ਕੀ ਬਣਾਓਗੇ, ਲਾਭ ਦਾ ਕੋਡ ਕੀ ਬਣਾਓਗੇ, ਐੱਲ, ਉਹੀ ਚੀਜ਼ ਆ ਗਈ, ਅੱਗੋਂ 12ਵੇਂ 'ਤੇ ਆਉਂਦਾ, ਪਿਛਲੇ ਪਾਸਿਓਂ 15ਵੇਂ 'ਤੇ ਆਊਗਾ। ਹਾਂਜੀ ਠੀਕ ਹੈ ਰਾਜੇ, ਐੱਲ ਦਾ ਕੋਡ ਬਣ ਗਿਆ 12-15। ਹਾਂ ਪਹਿਲਾਂ ਵੀ ਉਹ ਸੇਮ ਵੀ ਲਿਖ ਸਕਦੇ ਹਾਂ। ਅੱਛਾ ਕਈ ਵਾਰੀ ਨਾ ਜੇ ਕਿਤੇ ਕਨਫਿਊਜ਼ ਹੋ ਜਾਓ, ਰੱਬ ਨਾ ਕਰੇ ਤੁਹਾਨੂੰ ਕਿਤੇ ਇਹੋ ਜਿਹਾ ਕੁਸ਼ਚਨ ਅੜਕ ਕੇ ਆ ਕੇ ਦਿਮਾਗ ਦੇ ਵਿੱਚ ਵੀ ਅੱਗੇ ਸਮਝ ਨਹੀਂ ਆ ਰਹੀ ਉਹਦੀ, ਕੁਸ਼ਕ ਅੱਖਰ ਕਈ ਵਾਰੀ ਕੁਸ਼ਕ ਲੈਟਰਸ ਇਹਦੇ 'ਚੋਂ ਪੁਰਾਣੇ 'ਚੋਂ ਨਿਕਲੇ ਹੁੰਦੇ ਆ, ਉਹਨੇ ਇੱਕ ਤਾਂ ਚੱਕ ਲਿਆ ਕਰ, ਜਿਵੇਂ ਐੱਲ ਆ ਗਿਆ, ਐੱਲ ਦਾ ਇਹਨੇ ਕੀ ਬਣਾਇਆ 12-15, ਆਪਾਂ ਵੀ 12-15 ਬਣਾ ਦਿਓ, ਸਮਝ ਆਵੇ ਨਾ ਆਵੇ, ਜੇ ਨਹੀਂ ਵੀ ਪਤਾ ਲੱਗਿਆ ਤਾਂ ਸੇਮ ਬਣਾ ਦਿਆ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਹਾਂਜੀ 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 ਠੀਕ ਹੈ, 12-15 ਹੋ ਗਿਆ। ਉਸ ਤੋਂ ਬਾਅਦ ਕੀ ਸੀਗਾ, ਏ ਦਾ ਕਿੰਨਾ ਬਣਾਓਗੇ, ਏ ਕਿੰਨਵੇਂ 'ਤੇ, ਅੱਗੋਂ ਆਉਂਦਾ ਪਹਿਲੇ 'ਤੇ, ਪਿਛਲੇ ਪਾਸਿਓਂ ਆਊਗਾ 26ਵੇਂ 'ਤੇ, ਬੀ ਅੱਗੋਂ ਦੂਜੇ 'ਤੇ, ਪਿਛਲੇ ਪਾਸਿਓਂ ਆਊਗਾ 25ਵੇਂ 'ਤੇ। ਉਸ ਤੋਂ ਬਾਅਦ ਕੀ ਹੈਗਾ, ਐੱਚ ਆਪਣੇ ਕੋਲ, ਹਾਂ ਨਿਊ ਹੀ ਹੈ, ਅੱਗੋਂ 8ਵਾਂ, ਇਹਨਾਂ ਨੂੰ ਯਾਦ ਕਰਨ ਦਾ ਕੀ ਤਰੀਕਾ ਦੱਸਿਆ ਸੀਗਾ, ਉਹਨੂੰ ਨਾਲ ਨਾ ਆਹ ਨੂੰ ਰਿਪੀਟ ਕਰ ਲਿਆ ਕਰੋ ਯਾਰ, ਐੱਚ ਕਿਵੇਂ 8ਵਾਂ, ਐੱਚ ਤਾਂ ਬਣਿਆ ਤਾਂ 8ਆ ਸੀਗਾ, ਅਸੀਂ ਐਂ ਬਣਾ ਕੇ ਚੱਲ ਦਿੰਦੇ ਹਾਂ, ਹੈ ਨਾ, ਇਸ ਤਰ੍ਹਾਂ ਨਾਲ ਨਾਲ ਯਾਦ ਰਹਿਣ ਲੱਗ ਜਾਂਦਾ ਗਾ ਫਿਰ। ਹਾਂਜੀ, LAVE, ਐੱਚ 8ਵਾਂ ਕਰ ਜੀ, ਅੱਗੋਂ 8ਵਾਂ, ਤਾਂ ਪਿਛਲੇ ਪਾਸੋਂ ਕਿੰਨਵਾਂ ਆਊਗਾ, 27 ਚੋਂ 8 ਕੱਢੀਏ, 19, 08, 19, ਇਹੀ ਬਣਿਆ ਜੀ ਕੋਰਸ ਸਾਰਿਆਂ ਦਾ।
गुड। फिर आ गई बेटा छेवीं टाइप। छेवीं टाइप के दिता हुआ सेम चीज़ आ बेटा, बस क्रॉस करते। छेवें की किया गया, बारह इधर, पंद्रह इधर, पंद्रह बारह करता, यानी कि है तो उही ने। एल का पिछले पासों कोड से अगले पासों कोड है तो दोनों उही ने, पर पिछले पास वाला पहला लिखा, अगले पास वाला बाद लिखा। पहला एग्जाम्पल च की अगों पिछों, पहला अगला कोड सेगा फिर पिछला कोड सेगा, हूँ पहला पिछला कोड दिता फिर अगला दिता, है सेम ही ने, क्रॉस करते जानी। उत्ते अपने कोले क्वेश्चन नहीं ना, दो क्वेश्चन इकट्ठे नहीं होंगे तो करके आप क्रॉस तो नहीं कह सकते, पर उदू बाद अपन पता लग जूगा भी दोनों पास के रैंक लिखे हुए अक्षर के, जिहड़ा पिछों रैंक आ वो मूहरे लिखा हुआ, जिहड़ा अगों रैंक आ वो। बस ये चीज़ ये बरीकियां ने, यही ध्यान रख के चलनी आपां। इन्हां नूं क्रॉस करता बारह पंद्रह बन गया। लाभ का कोड बना दे, सेम की बनाओगे, जीरो पाँच बई बई जीरो पाँच, फिर लाभ का कोड की बनाओगे सेम पैटर्न के नाल, पंद्रह बारह अही क्रॉस हुए ने, आ इधर हो जूगा छब्बी अगे आ जूगा जीरो एक इधर चला जाऊगा, आ जूगा पच्ची जीरो दो, आ हो जूगा उन्नी जीरो अठ। यह छेवीं तरह का कोड बन गया जी। सत्तवीं तरह का कोड आ पे थोड़े को सारे लिखे हुए, इधर चैक भी कर सकते, कोई दिक्कत वाली गल नहीं। उही लव का सत्तवा कोड की बनाओगे, लव का सत्तवीं तरह का कोड की बनाओगे, बारह अठारह पंद्रह पंद्रह बाई जीरो अठ जीरो पाँच पच्ची। मैं सिर्फ ए दस दो भी ये लग्या की है, जीरो पाँच पच्ची, सिर्फ मैं इन्ना दस दो भी तरीका की लग्या, की तरीका लग्या राजे। यह ना कला ए ना सोच के चलो भी एक वर्ड द ही आप कोड बनाई जाने, ये देख के चलो भी तरीके किन्ने कर रहे हैं आप, किन्ने ट्रिक्स किन्ने मैथड थोड़े हाथ हेठ से लंघ रहे हैं, ये देखो किन्ने तरीके नवे ने। ईमानदारी ना वेख्यो दस्यो किन्ने के जाने ने देखे सी ये पहला किताबों के भी ऐ दे तरीके भी होंगे है, पिछले पेपर जाके देखो बेटा। मैं तुम दसी जाना भी आप हायर लैवल टच कर जा रहे हैं, स्टार्टिंग तो शुरू करके शुरू तो अप वालू जा रहे हैं बेटा, आप स्टार्टिंग तो उपर नू जा रहे हैं, आप चेक करके चलना सी स्टार्टिंग टू अप। पहला सौखे क्वेश्चन, फिर पिछले पेपर के आए हुए क्वेश्चन ने। सर लाए चार छोटे एक्सटेंशन भी आप ही ना तो जमें न्यू ने सर। हाँ जी न्यू आ रहा जी, मैं पता कि मैं तो ट्राई यही कर रहे हैं बेटा भी पुरानी किताबों के है नहीं कि पुरानी अग्रवाल और जो ग्रंथ ने उन्होंने बहुत थोड़े क्वेश्चन ने जोड़े हूँ नवे पेपर के आ रहे हैं। पैटर्न चेंज हो गया काफ़ी रजे, काफ़ी अपडेटेड क्वेश्चन आने लग गए, पिछले दो साल आए हुए क्वेश्चन एस एस सी के आए हुए क्वेश्चन ने रजे मोस्टली, तरीके वो चके हुए ने। कहने का मतलब यह नहीं गा भी लव के कोड ही आए थे, जलाब सिंह के कोड ही आए थे, ये तो मैं ही बनाया, पर उत्थे की सीगा बेटा आपां नूं तरीका पता होना चाहिए वर्ड जिहड़ा मर्जी पूछी जाए साढ़े तो। अच्छा इहदे च की लग्या सीगा राजे, इहदा की तरीका लग्या तुहानूं, सत्तवें दे विच की तरीका लग्या, जिहड़ी मैं नाल गल दसदा हुंदा ना कि इहदे च आह तरीका लग्या, जदों मैं एक्सप्लेन करदा हुंदा उहनूं पंजाबी च नोट कर लिया करो भावें। हाँ जी थैंक यू राजे, थैंक यू थैंक यू थैंक यू थैंक यू। ना यार इन्ना बंप ना दिओ सुखदीप, नहीं ठीक है थैंक यू वीरे, कोई गल नहीं कोई गल नहीं, मेहनत करांगे फिर ही परमात्मा रिजल्ट बख्शूगा। हाँ तुम दसी है ना मैं पंजाब लैवल तो टारगेट मन के चलो पूरा वधिया तरीके ना, इन्ना क वधिया करके चलांगे, गल ही छड़ दिओ बस, तुसी सानू टच दिओ यार लिंक दिओ, गल ही कोई गल नहीं, खिंचदे हैं कम आपां, यकीन करके चलो ईमानदारी नाल क्लासा लाओ बेटा, गल ही कुछ नहीं हैगी। अच्छा ये की कीता गया चैक करके देखो, एल अपना किन्नवा अक्षर है, बारहवां, एल बारहवां, पंद्रहवां कौन हुंदा ओ, बाईवां कौन है, बाईवां किहड़ा वी वाई ए याद कीता सी आपां ने, जीरो पंज ते कौन है बेटा जी, जीरो पंज, पंजवां कौन हुंदा ई, उही लव आ गया अपना पहला पहला अक्षर। हर एक जोड़े का जोड़ तीह कीता गया बेटा, जां ऐ कह लो भी इक्वल करता, सारिआं दा जोड़ इक्को जिहा करता, सारिआं दा जोड़ इक्को जिहा करता, जां सारिआं दा जोड़ तीह है, चेक करके देखो बारह तो अठारह तीह, पहला पहला अखर पहला पहला नंबर जोड़ा है वह तो है अपने लव वाला ही,
ਜਿਹੜਾ ਆਪਣੇ ਕੋਲ ਅਲਫਾਬੈਟ ਇੰਗਲਿਸ਼ ਦਾ ਅੱਖਰ ਦਿੱਤਾ ਹੋਇਆ ਪਹਿਲਾ ਤਾਂ ਉਹਦਾ ਨੰਬਰ ਹੀ ਹੈ, ਉਹਦੇ ਨਾਲ ਜਿਹੜਾ ਸੈਕਿੰਡ ਨੰਬਰ ਹੈ ਉਹ ਕੀ ਦਿੱਤਾ ਗਿਆ ਜੋੜ 30 ਕਰਨ ਵਾਸਤੇ, ਆਹ ਦਿੱਤੀ ਗਈ ਰਕਮ ਇਹ 'ਚ ਆਪਾਂ ਤਾਂ ਕੁਛ ਕੀਤਾ ਹੀ ਨਹੀਂ ਗਾ, ਇਹਦੇ 'ਚ ਆਪਾਂ ਕੁਛ ਨਹੀਂ ਕੀਤਾ, ਪਤਾ ਲੱਭਿਆ ਗਾ ਵੀ ਇਹਨਾਂ ਨੇ ਆਹ ਤਰੀਕਾ ਲਾਇਆ, ਇਹਨੇ ਸਾਰੇ ਜੋੜਿਆਂ ਦਾ ਜੋੜ 30 ਕਰ ਰੱਖਿਆ। ਪਹਿਲਾ ਅੱਖਰ ਜਿਹਨਾਂ ਸਾਡਾ ਨੰਬਰ ਹੈ, ਫਿਰ ਜਿੰਨੇ ਉਹਦੇ 'ਚ ਜੁੜ ਕੇ 30 ਬਣੂਗਾ ਦੂਜਾ ਅੱਖਰ ਉਹ ਹੈਗਾ। ਹਾਂ ਵੈਰੀ ਗੁੱਡ, ਫਸਟ ਤਾਂ ਬੇਟਾ ਜੀ ਆ ਗਿਆ ਉਹਦਾ ਐਕਚੁਅਲ ਪੁਜੀਸ਼ਨ ਏ ਬੀ ਸੀ ਦੇ ਵਿੱਚ ਅੱਖਰ ਦੀ, ਸੈਕਿੰਡ ਜਿਹੜਾ ਨੰਬਰ ਲਿਆ ਗਿਆ ਉਹ ਜੋੜ 30 ਕਰਨ ਵਾਸਤੇ ਲਿਆ ਗਿਆ, ਜਿੰਨੇ ਘੱਟਦੇ ਹੈਗੇ, ਜੇ 12 ਸੀਗਾ 12ਵਾਂ ਅੱਖਰ ਹੈ ਤਾਂ 18 ਜੋੜ ਕੇ 30 ਬਣੂਗਾ 18 ਲਾਤਾਂ ਨਾਲ, ਜੇ 15ਵਾਂ ਅੱਖਰ ਸੀਗਾ 30 ਕਿੰਨੇ ਜੋੜ ਕੇ ਬਣੂਗਾ 15 ਹੋਰ ਜੋੜ ਕੇ ਤਾਂ 15 ਲਾਤਾਂ ਨਾਲ, ਸਮਝ ਗਏ ਜੀ। ਆ ਜਾਓ ਫਿਰ ਬਣਾ ਦਿਓ ਲਾਭ ਸਿੰਘ ਦਾ ਕੋਡ, ਫਿਰ ਘੁੰਮਾ ਦਿਓ ਲਾਭ ਸਿੰਘ ਨੂੰ, ਅੱਜ ਤਾਂ ਮੌਕਾ ਬਣਾ ਦਿਓ ਰੇਲ, ਕੋਈ ਗਾਲ ਗੂਲ ਨਾ ਲਿਖਦੇ ਪਰ ਕੋਡ। ਐਲ ਕਿਹਨੂੰ ਅੱਖਰ ਬੇਟਾ ਆਪਣੇ ਕੋਲ 12ਵਾਂ, 30 ਕਰਨ ਵਾਸਤੇ ਕਿੰਨੇ ਜੋੜਾਂਗੇ ਆਪਾਂ 18, ਪਹਿਲਾ ਤਾਂ ਬਣ ਗਿਆ ਆਪਣਾ 12-18 ਦਾ, ਉਹਤੋਂ ਬਾਅਦ ਏ ਕਿਹਨੂੰ ਆਗਾ ਪਹਿਲਾ 0-1, ਹੁਣ ਇਹਦਾ 30 ਕਰਨ ਵਾਸਤੇ ਕਿੰਨੇ ਜੋੜਾਂਗੇ ਬੇਟਾ ਆਪਾਂ 29 ਜੋੜਨੇ ਪੈਣਗੇ। ਬੀ ਕਿਹਨੂੰ ਅੱਖਰ ਹੈ ਬੇਟਾ ਦੂਜਾ 0-2, 30 ਬਣਾਉਣ ਵਾਸਤੇ ਕਿੰਨੇ ਜੋੜੇ ਪੈਣਗੇ 28। ਫਿਰ ਬੇਟਾ ਐਚ 8ਵਾਂ ਅੱਖਰ ਹੈ, 30 ਬਣਾਉਣ ਵਾਸਤੇ ਕਿੰਨੇ ਜੋੜਨੇ ਪੈਣਗੇ 22, ਆਹ ਆਂਸਰ ਬਣ ਗਿਆ ਬੇਟਾ ਆਪਣਾ, 7ਵੇਂ ਦਾ ਆਂਸਰ ਬਣ ਗਿਆ, ਗੂੜਾ ਗੂੜਾ ਦੇਖੋ ਹੈ ਨਾ, ਕਲੀਅਰ ਹੈ ਰਾਜੇ, ਹੋਪ ਸਮਝ ਆ ਰਿਹਾ ਹੋਗਾ ਬੇਟਾ। ਓਕੇ 8ਵੇਂ ਤਾਂ ਉਹੀ ਕਹਾਣੀ ਬਣਾਈ ਹੋਈ ਹੈ ਨੇ, ਆਹੀ ਚੀਜ਼ ਦੇ ਕੇ 18-12, 15-15, 0-8-22, 25-0-5, ਕ੍ਰੋਸ ਕਰਤੇ ਬੇਟਾ ਪਹਿਲਾਂ ਵਾਲੇ, ਕ੍ਰੋਸ ਕਰਤੇ ਬੇਟਾ ਪਹਿਲਾਂ ਵਾਲੇ ਕ੍ਰੋਸ ਕਰਤੇ, ਉਹ ਆਈ ਸੈਕਿੰਡ ਹਾਂਜੀ ਰਾਜੀ, 8ਵੇਂ ਦਾ ਕੀ ਹੈ ਰਾਜੇ, ਕ੍ਰੋਸ ਕਰਤੇ ਬਸ, ਹੋਰ ਕੋਈ ਫਰਕ ਨਹੀਂ ਬੇਟਾ, 8ਵੇਂ 'ਚ ਕੀ ਹੈ ਕ੍ਰੋਸ ਕਰਤੇ, 18 ਅੱਗੇ ਲਿਆਂਦਾ 12 ਪਿੱਛੇ ਇੱਧਰ ਕਰਤਾ, 29-0-1, 28-0-2, 22-0-8, ਉਹੀ ਜੋੜ 30 ਹੈ ਰਾਜੇ, ਹੋਰ ਕੁਛ ਨਹੀਂ ਗਾ, ਉਵੇਂ ਹੀ ਸਾਰਾ ਕੁਛ, ਬਸ ਰਿਵਰਸ ਕਰਤੇ ਸੋਰੀ ਕ੍ਰੋਸ ਕਰਤੇ, ਪਹਿਲਾਂ ਦੂਜੇ ਨਾਲ ਇੰਟਰਚੇਂਜ ਕਰਤਾ ਦੂਜਾ ਅੱਗੇ ਪਿੱਛੇ ਲਿਖਤੇ। ਹੁਣ ਆਪਾਂ ਇਹਦੇ 'ਚ ਐਂ ਕਹਿ ਸਕਦੇ ਜਿਹੜੀ ਉਹਦੀ ਐਕਚੁਅਲ ਪੁਜੀਸ਼ਨ ਹੈ ਉਹ ਤਾਂ ਬਾਅਦ ਦੇ ਵਿੱਚ ਹੈ, ਪਹਿਲਾ ਨੰਬਰ ਉਹਨਾਂ ਜੋੜਿਆ ਗਿਆ ਕਿ ਟੋਟਲ 30 ਬਣ ਜੇ, ਹਰ ਇੱਕ ਜੋੜੇ ਦਾ ਜੋੜ 30 ਬਣ ਜੇ, ਹੁਣ ਇਹਦੇ ਵਿੱਚ ਸੈਕਿੰਡ ਵਾਲਾ ਨੰਬਰ ਉਹਦੀ ਪੁਜੀਸ਼ਨ ਹੈ ਅਤੇ ਪਹਿਲਾਂ ਉਹਦੇ 'ਚ ਜੋੜਿਆ ਗਿਆ, ਠੀਕ ਹੈ, ਹੋਪ ਕਲੀਅਰ ਹੋ ਰਿਹਾ ਹੋਊਗਾ ਬੇਟਾ। 9ਵੇਂ 'ਤੇ ਆ ਜਾਓ ਬੇਟਾ ਜੀ, 9ਵਾਂ ਕੋਡ ਆ ਪਿਆ, 14-42-25-48-425, ਨਹੀਂ ਇਹ ਨਾ ਲਿਖਣ ਦੇ ਵਿੱਚ ਥੋੜ੍ਹਾ ਜਿਹਾ ਸਪੇਸ ਗਲਤ ਹੈ ਇਹਦੇ 'ਚ, ਇਹ ਤਾਂ ਹੀ ਨਹੀਂ ਸੋਲਵ ਹੋਇਆ ਹੋਣਾ ਅੱਧਾ ਤਾਂ ਬੱਚਿਆਂ ਦਾ ਯਾਰ, ਪਤਾ ਕੀ ਸੀਗਾ ਇਹਦੇ 'ਚ, 9ਵਾਂ ਕੁਸ਼ਚਨ ਕਰਨ ਲੱਗੇ ਆਪਾਂ, 144 ਇਹ 14 ਲਿਖ ਕੇ ਨਾ ਚਾਰ ਪਰਲੇ ਸਾਈਡ ਲਿਖਿਆ ਗਿਆ ਸੀ ਗਲਤੀ ਨਾਲ ਪਹਿਲਾਂ, 144-225-484, ਇਕੱਲਾ 25, ਆਹ ਚੀਜ਼ ਹੈ ਕੀ ਹੈ ਭਲਾ, ਦੱਸ ਸਕਦੇ ਹੋ ਇਹ 9ਵਾਂ ਕੁਸ਼ਚਨ ਹੈ ਜਿਹੜਾ, ਹਾਂਜੀ ਇਹ ਨਹੀਂ ਹੋਇਆ ਸੋਲਵ 9th, ਹਾਂ ਉਹਦੇ 'ਚ ਨਾ ਬੇਟਾ ਪ੍ਰੋਬਲਮ ਕੀ ਸੀ, 9th ਪਤਾ ਕਿਉਂ ਨਹੀਂ ਸੋਲਵ ਹੋਇਆ ਤੁਹਾਡਾ, ਉਹ ਲਿਖੇ ਹੋਰੂ ਹੋਏ ਸੀਗੇ 14-42 ਐਂ ਕਰਕੇ ਲਿਖੇ ਹੋਏ ਸੀ ਪਹਿਲਾਂ, ਅਸਲ 'ਚ 144-225-484 ਸਕੁਆਇਰ ਨੇ ਰਾਜੇ, ਵੈਰੀ ਗੁੱਡ ਸੁਖਦੀਪ, ਹਾਂ ਸਹੀ ਹੈ ਬੇਟਾ, ਸਕੁਆਇਰ ਨੇ ਇਹ ਸਾਰੇ ਸਕੁਆਇਰ ਨੇ ਵਰਗ, ਜਿਵੇਂ ਆਪਾਂ ਸੋਰੀ ਉਹ ਕੀ ਕਹਿੰਦੇ ਹੁੰਦੇ ਉਹਨੂੰ, ਜਿਵੇਂ ਮੈਂ ਕਹਾਂ 1 ਦਾ ਸਕੇਅਰ ਇੱਕੋ ਹੀ ਰਹਿ ਗਿਆ, 2 ਦਾ ਸਕੇਅਰ ਯਾਨੀ 2×2 4, 3 ਦਾ ਸਕੇਅਰ 3×3 9, 4 ਦਾ ਸਕੇਅਰ, ਆਹ ਸਕੁਆਇਰ ਯਾਦ ਕਰਨੇ ਪੈਣਗੇ ਬੇਟਾ ਜੀ ਆਪਾਂ ਨੂੰ, ਇਹ ਮੈਂ ਸਿੰਪਲੀਫਿਕੇਸ਼ਨ ਦਾ ਦੇਖਦਾ ਸਰ ਨੂੰ ਕਿਹਾ ਕਿ ਨਾ ਇੱਕ ਤੁਹਾਡਾ ਸੈਪਰੇਟ ਲੈਕਚਰ ਵੀ ਲਵਾ ਦੂੰਗਾ ਇਹਨਾਂ ਦਾ, ਸਕੁਆਇਰਸ ਕਿਊਬਸ ਇਹ ਸਾਰਿਆਂ ਦੇ ਵਿੱਚ ਹੀ ਕੰਮ ਆਉਣੇ, ਮੈਥ ਦੇ ਵਿੱਚ ਕੁਆਂਟ 'ਚ ਵੀ ਕੰਮ ਆਉਣੇ, ਰੀਜਨਿੰਗਸ ਤਾਂ ਆਉਂਦੇ ਹੈਗੇ। ਹਾਂ ਬੇਟਾ ਹੁਣ ਚੈੱਕ ਕਰਕੇ ਚੱਲੀਏ ਆਪਾਂ, ਆਹ ਚੀਜ਼ ਸੀਗੀ ਆਪਣੇ ਕੋਲ 144, ਆਪਣੇ ਕੋਲ ਜਿਹੜੇ ਅੱਖਰ ਦਿੱਤੇ ਗਏ ਸੀਗੇ ਉਹ ਸੀਗਾ ਲਵ, 12ਵਾਂ, 15ਵਾਂ, 22ਵਾਂ ਅਤੇ 5ਵਾਂ ਅੱਖਰ ਸੀਗਾ ਸਾਡੇ ਕੋਲ ਬੇਟਾ,
चैक करके देखो जिहड़े आ कोड दिते उहने 144 12 दा स्केयर आ जे 12 नूं 12 नाल गुणा कर देंगे 144 आ जूगा ਉਹ 15 ਗਾ ਆਪਣੇ ਕੋਲ ਉੱਥੇ ਕੀ ਦਿੱਤਾ ਉਹਨੇ 225 225 15 ਦਾ ਸਕੇਅਰ ਆ ਜੇ 15 ਨੂੰ 15 ਨਾਲ ਗੁਣਾ ਕਰ ਦਿਓ 225 ਆ ਜੂ 22 ਨੂੰ 22 ਨਾਲ ਕਰ ਦਾਂਗੇ 484 ਆ ਜੂਗਾ 5 ਨੂੰ 5 ਨਾਲ ਕਰਾਂਗੇ ਯਾਨੀ ਕਿ 5 ਦਾ ਸਕੇਅਰ ਜਿਹਨੂੰ ਆਪਾਂ ਕਹਿੰਦੇ ਆ ਉਹ 25 ਬਣ ਜਾਂਦਾ ਸਾਰੇ ਸਕੇਅਰ ਲਿਖੇ ਹੋਏ ਨੇ ਰਾਜੀ ਆਪਣੇ ਦਿੱਤੇ ਹੋਏ ਵਰਡ ਦੇ ਸਕੁਅਰ ਦਿੱਤੇ ਹੋਏ ਨੇ ਹੁਣ ਲਾਭ ਸਿਮ ਦਾ ਕੀ ਕਰੋਗੇ ਚਲੋ ਲਾਭ ਦੇ ਸਕੇਅਰ ਕਰਦੇ ਫਿਰ ਆਪਾਂ ਨੌਵਾਂ ਕੁਸ਼ਚਨ ਆਪਣਾ ਇਹ ਨੌਵੀਂ ਟਾਈਪ ਕਰਨ ਲੱਗੇ ਆਪਾਂ ਲਾਭ ਦੇ ਸਕੁਅਰ ਕਰ ਦਿਓ ਐਲ 12 ਉਹ ਤਾਂ ਉਹੀ ਆ ਜੂਗਾ ਦੁਆਰੇ ਹਾਂਜੀ ਕਿਨਵਾਂ ਇਹ ਆਪਣੇ ਕੋਲ ਨੌਵਾਂ ਤਰੀਕਾ ਗਾ ਜਾਂ ਨੌਵਾਂ ਕੁਸ਼ਚਨ ਹੈ ਐਲ ਏ ਬੀ ਐਚ ਐਲ 12 ਰਾਜੇ ਏ ਪਹਿਲਾ ਬੀ ਦੂਜਾ ਐਚ 8 12 ਦਾ ਸਕੁਅਰ ਬਣ ਗਿਆ 144 1 ਦਾ ਸਕੇਅਰ 21 ਰਹਿ ਜੂਗਾ 2 ਦਾ ਸਕੇਅਰ 4 ਬਣ ਜੂਗਾ ਰਾਜੇ 8 ਦਾ ਸਕੇਅਰ 8×8 64 ਬਣ ਜੂਗਾ ਸਾਡਾ ਆਂਸਰ ਆ ਬੇਟਾ ਇਹ ਨੌਵੀਂ ਟਾਈਪ ਸੀਗੀ 144 1 4 ਅਤੇ 64 ਆਸ਼ੁਰ ਠੀਕ ਹੈ ਰਾਜੇ ਹਾਂ ਵੈਲ ਗੁੱਡ ਕਰਤਾ ਸਰ ਜੀ ਹਾਂ ਵੈਰੀ ਗੁੱਡ ਸਹੀ ਹੈ ਸਹੀ ਹੈ ਸਹੀ ਸਹੀ ਬਸ ਅਸੀਂ ਐਫਰਟ ਲਾਉਂਦੇ ਰਹੋ ਰੀਅਲੀ ਦੱਸੋ ਸਾਡੀ ਤਾਂ ਖੁਰਾਕ ਬਣ ਜਾਂਦੀ ਹੈ ਇਹ ਬੜੀ ਮਤਲਬ ਮਿਹਨਤ ਕਰ ਰਹੇ ਹੋ ਕਿ ਗੁੱਡ ਬਹੁਤ ਵਧੀਆ ਬਸ ਨਾਲ ਨਾਲ ਨਾ ਟੱਚ 'ਚ ਰਿਹਾ ਰਜੇ ਗੱਲ ਹੀ ਕੁਛ ਨਹੀਂ ਤਾਂ ਆਪਾਂ ਬਣਾ ਦਿਆਂਗੇ ਰੇ ਲੈਣਾ ਇੱਦਾਂ ਰੀਜਨਿੰਗ 'ਚ ਤਾਂ ਨਹੀਂ ਮਾਰ ਖਾਣ ਦਿੰਦੇ ਆਪਾਂ ਰੀਜਨਿੰਗ ਕੰਪਿਊਟਰ ਕਿਧਰੇ ਨਹੀਂ ਜਾਣ ਦਿੰਦੇ ਆਪਾਂ ਪੰਜਾਬ ਨੂੰ ਇੰਨਾ ਕੁ ਵਧੀਆ ਟਾਰਗੇਟ ਕਰਕੇ ਚੱਲਾਂਗੇ ਪੰਜਾਬ ਲਾ ਲਓ SSC ਲਾ ਲਓ CPO ਜਿਨ੍ਹਾਂ ਨੇ ਦਿੱਲੀ ਪੁਲਿਸ ਵਾਲੀਆਂ ਭਰੀਆਂ ਹੋਈਆਂ ਰਾਜੇ ਇੱਕ ਵੀ ਚੀਜ਼ ਬਾਹਰ ਨਹੀਂ ਵੈਸੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਆਪਾਂ ਰੀਜਨਿੰਗ ਕਰੀ ਜਾਂਦੇ ਹਾਂ ਨਾ ਮੈਂ ਇਹਨੂੰ ਸਟਾਰਟਿੰਗ ਤੋਂ ਲੈ ਕੇ ਲੋਅ ਲੈਵਲ ਤੋਂ ਲੈ ਕੇ ਹਾਈ ਤੱਕ ਲੈ ਕੇ ਜਾ ਰਹੇ ਹੈਗੇ ਆਪਾਂ ਸਿੰਪਲ MTS ਦਾ ਪੇਪਰ ਹੁੰਦਾ ਜਿਹੜਾ ਉੱਥੋਂ ਸਟਾਰਟ ਕਰਕੇ ਨਾ ਬੇਟਾ ਚਾਹੇ PPSC ਲੈਵਲ ਦਾ ਬੈਂਕਿੰਗ ਲੈਵਲ ਦਾ ਕੋਈ ਮਰਜ਼ੀ ਪੇਪਰ ਦੇ ਲਓ ਰੀਜਨਿੰਗ ਤੋਂ ਬਾਹਰ ਨਹੀਂ ਜਾਂਦੀ ਇੰਨੇ ਕੁ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈਗਾ ਇੱਥੇ ਪਹਿਲਾਂ ਦੋ ਤਿੰਨ ਲੈਕਚਰ ਚੈਪਟਰ ਖਤਮ ਹੁੰਦੇ ਸੀਗੇ ਉਹਨਾਂ ਨੂੰ ਹੁਣ ਚੈਪਟਰ ਬਾਏ ਚੈਪਟਰ ਨਹੀਂ ਕਰ ਰਹੇ ਆਪਾਂ ਟੋਪਿਕ ਬਾਏ ਟੋਪਿਕ ਕਰ ਰਹੇ ਹਾਂ ਵੀ ਜੇ ABC ਨਾਲ ਰਿਲੇਟਡ ਆ ਤਾਂ ਕਿੰਨੇ ਟੋਪਿਕ ਨੇ ਕਿਹੋ ਜਿਹਾ ਕੁਸ਼ਚਨ ਆਉਂਦਾ ਕਿਵੇਂ ਸੋਲਵ ਕਰਨਾ ਨਵੇਂ ਪੈਟਰਨ ਦੇ ਨਾਲ ਆ ਸਾਰੇ ਜਿਹੜੇ ਲਿਖ ਕੇ ਲੈ ਕੇ ਆਉਣੇ ਨਵੇਂ ਕੁਸ਼ਚਨ ਲੈ ਕੇ ਆਉਣੇ ਰਾਜੇ ਪਿਛਲੇ 2 ਸਾਲਾਂ ਦੇ ਪੇਪਰਾਂ ਦੇ ਵਿੱਚ ਆਏ ਹੋਏ ਕੁਸ਼ਚਨ ਨੇਗੇ ਸਾਰੇ ਇਹ 144 1 4 ਅਤੇ 64 ਆਹ ਆਪਣਾ ਲਾਸਟ ਆਂਸਰ ਸੀਗਾ 10ਵੀਂ ਟਾਈਪ ਰਾਜੇ 10ਵਾਂ ਕੀ ਹੈ 180 110 180 110 ਲਵ ਦਾ ਕੋਡ ਦਿੱਤਾ ਹੋਇਆ 180 110 ਆਹ ਅਗਲੇ ਵਾਲੇ ਮਟੇਰੇ ਲਵ ਦੇ ਕੀਤੇ ਹੋਏ ਨੇ ਆਪਣੇ ਤਰੀਕਾ ਨਾਲ ਲਿਖ ਲਿਆ ਕਰੋ ਬਸ ਬੇਟਾ ਨਾਲ ਉਹਦਾ ਪੈਟਰਨ ਲਿਖ ਲਿਆ ਕਰੋ ਨਾਲ ਉਹਦਾ ਤਰੀਕਾ ਲਿਖ ਲਿਆ ਕਰੋ ਕਿ ਕਿਹੜਾ ਤਰੀਕਾ ਗਾ ਹੁਣ ਦੇਖੋ ਲਵ ਦਾ ਕੋਡ ਬਣਾਇਆ ਗਾ ਉਹਨੇ 25 ਦੇ 25 ਕਵਰ ਕਰਨੇ ਹੁਣ ਜਮ੍ਹਾਂ ਛੋਟੇ ਚੱਲਣਗੇ 25 ਨੰਬਰ ਕੋਡਸ ਫੋਰ ਲਾਭ ਆਪਾਂ 25 ਨੰਬਰ ਕੋਡ ਅੱਡ ਅੱਡ ਦੇ ਕਰ ਰਹੇ ਹਾਂ ਕਿਹਦੇ ਵਾਸਤੇ ਕਰ ਰਹੇ ਹਾਂ ਕਿਹੜੇ ਨਾਮ 'ਤੇ ਇਸ ਨਾਮ 'ਤੇ ਲਾਭ ਦੇ 25 ਕੋਡ ਬਣਾ ਰਹੇ ਹਾਂ ਆਪਾਂ ਅਲੱਗ ਅਲੱਗ ਦੇ ਜਿਹੜੇ ਇਹ ਵਾਲੇ ਕੀਤੇ ਹੋਏ ਜਾਂ ਪਹਿਲਾਂ ਸਾਨੂੰ ਹੋਮਵਰਕ ਦੇ ਵਿੱਚ ਮੈਂ 25 ਕੋਡ ਦਿੱਤੇ ਸੀਗੇ ਉਹ ਲਵ ਦੇ ਸੀਗੇ LOVE ਮੈਂ ਨਾਲ ਨਾਲ ਤਾਂ ਉਹਨੂੰ ਐਕਸਪਲੇਨ ਕਰ ਰਿਹਾ ਗਾ ਨਾਲ ਨਾਲ ਤੁਹਾਨੂੰ ਸੇਮ ਰਿਪੀਟ ਕਰਕੇ ਦਿਖਾ ਰਿਹਾ ਗਾ ਵੀ ਲਾਭ ਦਾ ਕੋਡ ਕੀ ਬਣੂਗਾ ਜੇ ਲਵ ਦਾ ਕੋਡ ਆਹ ਬਣਿਆ ਆਪਾਂ ਨੇ ਤਰੀਕਾ ਕਾਪੀ ਕਰਨਾ ਬੇਟਾ ਕਾਫੀ ਤਰੀਕੇ ਲੱਗ ਜਾਂਦੇ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਵੀ ਕਦੇ ਨੰਬਰਾਂ ਦੇ ਵਿੱਚ ਕੋਡ ਆ ਜਾਵੇ ਬੇਟਾ ਸਭ ਤੋਂ ਪਹਿਲਾਂ ਕੰਮ ਹੀ ਇਹ ਕਰਿਆ ਕਰੋ ਉਹਨਾਂ ਦੇ ਜਿਹੜੇ ਵਰਡ ਦਿੱਤੇ ਹੋਏ ਨਾ ਵਰਡ ਦੇ ਵਿੱਚ ਜਿਹੜੇ ਲੈਟਰ ਦਿੱਤੇ ਹੋਣਗੇ ਅੱਖਰ ਦਿੱਤੇ ਹੋਣਗੇ ਉਹਨਾਂ ਦੀ ਨੰਬਰਿੰਗ ਲਿਖ ਲਿਆ ਕਰੋ ਸਭ ਤੋਂ ਪਹਿਲਾਂ ਲਓ ਜੀ ਅਗਲੀ ਟਾਈਪ 'ਤੇ ਪਹੁੰਚਣ ਲੱਗੇ ਹੁਣ ਆਪਾਂ 10ਵੀਂ ਟਾਈਪ ਦਾ ਕੁਸ਼ਚਨ ਹੈ ਕਹਿੰਦਾ ਲਵ ਦਾ ਕੋਡ ਹੈਗਾ ਤੁਹਾਡੇ ਕੋਲ 180 110 ਲਵ ਦਾ ਕੋਡ ਹੈ ਰਾਜੇ ਇਹ ਦੋ ਹਿੱਸਿਆਂ 'ਚ ਵੰਡਿਆ ਗਿਆ ਅੱਖਰ ਆਪਣੇ ਕੋਲ 4 ਨੇ ਚੈੱਕ ਕਰੀਏ ਬੇਟਾ ਅੱਖਰ ਆਪਣੇ ਕੋਲ 4 ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਦੇਖੋ ਅੱਖਰ ਕਿਹੜੇ ਕਿਹੜੇ LOVE 12, 15, 22 ਅਤੇ 5 ਚੈੱਕ ਕਰਾਂ ਥੋੜ੍ਹਾ ਜਿਹਾ ਮੈਂ 12 ਅਤੇ ਜਿਹੜਾ ਆਹ ਦਿੱਤਾ ਹੋਇਆ LO ਨੂੰ ਅੱਡ ਕਰ ਲਿਆ ਮੈਂ ਵੀ ਅਤੇ ਈ ਨੂੰ ਅੱਡ ਕਰ ਲਿਆ ਇਹ ਇਹਨਾਂ ਦੀ ਮਲਟੀਪਲੀਕੇਸ਼ਨ ਹੈ ਬੇਟਾ ਇਹਨਾਂ ਦੀ ਹੈ ਐਲ 12 ਹੁੰਦਾ ਉਹ 15 ਹੁੰਦਾ 12×15 ਬੇਟਾ ਜੀ 180 ਆ ਗਿਆ ਵੀ 22 ਹੁੰਦਾ ਅੱਖਰਾਂ ਦੀ ਗੁਣਾ ਕਰਤੀ ਬੇਟਾ ਜਿੰਨਵੀਂ ਪੁਜੀਸ਼ਨ ਬਣਦੀ ਹੈ ਨਾ ਉਹਨਾਂ ਦੀ ਗੁਣਾ ਕਰਤੀ ਈ 5 ਗਾ 22 ਨੂੰ 5 ਨਾਲ ਗੁਣਾ ਕਰ ਦਿਆਂਗੇ 110 ਆ ਜਾਊਗਾ 4 ਅੱਖਰ ਸੀਗੇ ਆਪਣੇ ਕੋਲ
की कर रहा है, यह की पैटर्न बनाया बेटा इन्हें, पहले दो की गुणा फिर अगले दो की गुणा, इस तरह करके दोवों दोवों की गुणा की जा रही हैगी। हूँ लाभ से उनका की करोंगे, फिर आ गया मैं तो इन्हों दोनों की गुणा बारह नूं एक नाल गुणा करांगे बेटा आप, बारह ही आ जाएगा। इन्हों दोनों की गुणा अठ दूनी सोलह, बारह सोलह आंसर आ गया साडा। यही कोड लाभ का कोड की बन गया, यही बारह सोलह। कई बार ना लिखण के पैटर्न से फर्क पै जाता, जिवें मैं दस्सिया सी स्पेस गलत दे गए सीगे। फिर आ गया बेटा जी ग्यारहवां क्वेश्चन, मैं नाल ही लिख के नाल एक्सप्लेन करी जाना इन्हों का तरीका बेटा, नाल दी नाल ही लिख लिया करो पॉइंट जे बना बना के, जिवें जिवें टीचर दसी जाना नाल छोटे छोटे पॉइंट बना के नोट करते रहा करो। ग्यारहवां क्वेश्चन आ गया बेटा जी अपने को, ग्यारहवां तरीका आ गया, उहदे विच दित्ता गया है 1900 1900। जो वड्डियां रकमां च आ जाए ना राजे, एक चीज़ का ध्यान रख के चलो, जदों कोड वड्डियां रकमां देन लग जाए पहला गुणा ट्राई करा करो, पहला गुणा ट्राई करा करो जो रकम वड्डिया चली जाइया भी यार वड्डिया रकम यह गुणा करके बन गई होंगे ज्यादा। इलेवंथ में सारे नंबर को मल्टीप्लाई किया गया है, मोनू सही है बेटा, वेरी गुड 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 गुड। चमकौर 12 15 ठीक है गुड, कि जो वड्डिया रकम आ जाए की है लव एल ओ वी ई, 12 नूं 15 नाल गुणा करता, 15 नूं 22 नाल, 22 नूं 5 नाल, सारिआं दी गुणा मल्टीप्लाई सारे गुणा करते, सारे गुणा करके 1900 आ गया। क्लीयर है राजे? तो हुण इधर लाभ सिंह नूं किवें गुणा करोंगे, एल किनवां 12वां, पहला दूजा 8वां, इधर लैंदे गुणा इधर कर दो, इधर लैंदे इधर कर दो, इधर आ गया 12 उधर आ गया 16, यही है नहीं सारे की मल्टीप्लाई करनी है, सॉरी ये पहला वाले का सीगा, ये आप कर रहे 1980 1800 वाले का, कि 11वां क्वेश्चन है, 11वां नंबर जिहड़ा जिहड़ा पहला वाला सीगा 12 16 वाला, पहले की गुणा 8 सी दूजे की 8 सी, हुण सारे की गुणा राजे 12 नूं 1 नाल कीता 12 ही रह गया, इहनूं 2 नाल कीता 24 हो गया, 24 नूं 8 नाल करोंगे, हाँ जी 24 नूं 8 चौका 32, 3 8 2 16 3 19 192 192 यही है, वेरी गुड। उस तो बाद आ गया बेटा जी कहिंदा लव का कोड हैगा, 12वां तरीका आ गया, लव का कोड हैगा 54 54 54। जो एडा का कोड आ जाए, छोटा कोड आ जाए तो प्लस करके देखा करो, जो वड्डा कोड आ जाए जिवें 1900 इन्ना आ गया सीगा तो मल्टीप्लाई करके देखा करो, ये सारे की प्लस आ बेटा, इन्हां सारे नूं जोड़िया गया, प्लस करता जोड़ 12 ते 15 27 27 ते इधर भी 22 ते 5 27 27 ਨੂੰ 54 ਹੋ ਗਿਆ ਤੁਹਾਨੂੰ, ਸਾਰਿਆਂ ਦਾ ਜੋੜ ਕਿੰਨਾ ਬਣ ਗਿਆ 54। ਹੁਣ ਨਾ ਜੋੜ ਜੋੜ ਤੇ ਆਧਾਰਿਤ ਹੀ 4-5 ਤਰੀਕੇ ਨਿਕਲੇ ਆਉਣਗੇ ਅੱਗੇ, ਜੋੜ ਕਰਕੇ ਹੀ ਅੱਗੇ 4-5 ਤਰੀਕੇ ਨਿਕਲੇ ਆਉਣਗੇ, ਧਿਆਨ ਨਾਲ ਚੱਲਿਓ ਦੇਖਿਓ। ਉਦੋਂ ਲਾਭ ਦਾ ਕੀ ਬਣਾਓਗੇ, ਲਾਭ ਨੂੰ ਵੀ ਜੋੜੋ, ਆਡੀ ਕੀਤਾ ਪਿਆ ਵਿਚਾਰਾ, 12 1 13 13 ਤੇ 2 15 15 ਤੇ 8 23 ਸਾਡਾ ਆਂਸਰ ਆ ਗਿਆ 12ਵੀਂ ਟਾਈਪ, 12ਵਾਂ ਕੁਐਸਚਨ ਸੀਗਾ। 13ਵੀਂ ਟਾਈਪ 13ਵਾਂ ਕੁਐਸਚਨ, ਕੋਡ ਦਿੱਤਾ ਹੋਇਆ ਤੁਹਾਨੂੰ ਬੇਟਾ ਜੀ 20, ਲਵ ਦਾ ਕੋਡ ਹੈਗਾ 20 ਕਹਿੰਦਾ, ਜੋੜ ਕਿੰਨਾ ਬਣਿਆ ਸੀ ਇਹਦਾ 54। ਮੈਂ ਤੁਹਾਨੂੰ ਦੱਸਿਆ ਨਾ 54 ਦੇ ਆਧਾਰ 'ਤੇ ਕਿੰਨੀਆਂ ਚੀਜ਼ਾਂ ਨਿਕਲੀਆਂ, ਦੇਖੀ ਜਾਏ 4-5 ਤਰੀਕੇ ਨਿਕਲੇ ਆਉਣਗੇ, 23 23 23 23 ਸਾਰਿਆਂ ਦਾ ਆਂਸਰ ਆਈ ਜਾਂਦਾ, ਚੈੱਕ ਕਰ ਲੈਂਦੇ ਬੇਟਾ ਕੋਈ ਗੱਲ ਨਹੀਂ, ਹਾਂ ਸਹੀ ਹੈ ਗੁੱਡ, ਉਹਦਾ ਅਰਥ ਹੀ ਆ ਰਿਹਾ ਸੀਗਾ। ਇਹਦੇ ਵਿੱਚ ਕੀ ਆ, 20 ਕੋਡ ਆਇਆ ਆਪਣਾ, ਉਹਨੇ ਕਹਿੰਦਾ ਲਵ ਦਾ ਕੋਡ ਹੈਗਾ 20, 20 ਕਿਵੇਂ ਬਣੂਗਾ, 54 ਜੋੜ ਬਣਿਆ ਸੀ ਨਾ ਆਪਣਾ, ਕਿਹੜੇ ਕਿਹੜੇ ਅੱਖਰ ਸੀ 5 ਤੇ 4, ਇਹਨਾਂ ਦੀ ਗੁਣਾ ਬੇਟਾ ਜੀ 20 ਬਣਦੀ ਹੈ, ਅੱਖਰ ਸਾਰਿਆਂ ਦਾ ਜੋੜ ਜਿੰਨਾ ਬਣਦਾ ਨਾ ਉਹਦੇ ਅੱਖਰਾਂ ਦੀ ਗੁਣਾ। ਇਹ ਵੀ ਇੱਕ ਤਰੀਕਾ ਬੇਟਾ, ਬੱਚੇ ਸੋਚਦੇ ਹੋਣਗੇ ਸਰ ਇਹ ਕਿਵੇਂ ਪਤਾ ਲੱਗੂਗਾ, ਉੱਥੇ ਦਿਮਾਗ ਨਾਲ ਪਤਾ ਲੱਗੂ ਬੇਟਾ, ਉਦੋਂ ਮੌਕੇ 'ਤੇ ਜਿੰਨਾ ਤੁਹਾਡਾ ਹੁਣ ਦਾ ਮੱਥਾ ਮਾਰਿਆ ਹੋਇਆ ਪੇਪਰ ਦੇ ਵਿੱਚ, ਜਦੋਂ ਕੁਐਸਚਨ ਸਾਹਮਣੇ ਹੋਇਆ ਨਾ ਸਾਰੇ ਤਰੀਕੇ ਦਿਮਾਗ ਵਿੱਚ ਲੰਘ ਜਾਂਦੇ ਫਿਰ, ਕਿਉਂਕਿ ਜਿੰਨੇ ਤਰੀਕੇ ਆਪਣੇ ਹੱਥ ਹੇਠ ਦੀ ਲੰਘੇ ਹੋਏ ਆਪਣੇ ਦਿਮਾਗ 'ਚ ਰਹਿਣਗੇ, ਉੱਥੇ ਜਦੋਂ ਕੁਐਸਚਨ ਆਇਆ ਹੋਇਆ ਨਾਲ ਦੀ ਨਾਲ ਦੇਖ ਕੇ ਪਤਾ ਲੱਗ ਜੂ ਵੀ ਆਹ ਤਰੀਕਾ ਲੱਗਿਆ ਹੋਇਆ, ਜਿੰਨਾ ਮੱਥਾ ਮਾਰੋਗੇ ਬੇਟਾ ਉਨਾ ਸਿੱਖੋਗੇ। ਮੈਂ ਤਰੀਕੇ ਦੱਸੀ ਜਾਣਾ ਤੁਹਾਨੂੰ ਅੱਡ ਅੱਡ ਵੀ, ਆਹ ਤਰੀਕੇ ਬਣ ਜਾਂਦੇ, ਆਹ ਬਣ ਜਾਂਦੇ ਆ। 14ਵਾਂ ਬਣ ਗਿਆ ਬੇਟਾ ਜੀ 9 ਕੋਡ ਆ ਕਹਿੰਦਾ, 14ਵੇਂ 'ਚ ਕਹਿੰਦਾ 9 ਕੋਡ ਕਿਵੇਂ ਬਣਾਓਗੇ 9, ਹੁਣ 54 ਸੀਗਾ ਆਪਣੇ ਕੋਲ, ਉਹੀ ਕਹਾਣੀ ਬਣ ਗਈ, 5 ਤੇ 4 ਨੂੰ ਜੋੜਿਆ ਗਿਆ ਅੱਖਰ ਜੋੜ ਤੇ, ਇਹਦੇ 5 ਤੇ 4 ਨੂੰ ਪਹਿਲਾਂ ਗੁਣਾ ਕੀਤਾ ਸੀ ਇਹ 'ਚ ਜੋੜ ਕਰਤਾ। 15ਵਾਂ 540 ਹੈ ਬੇਟਾ ਜੀ, 54 ਦੇ ਨਾਲ ਦੇਖ ਲਿਆ ਕਰੋ, ਤੁਹਾਨੂੰ ਆਈਡੀਆ ਜਿਹਾ ਹੋ ਜਾਏਗਾ ਵੀ 54 ਨਾਲ ਕੀ ਮਿਲਦਾ ਹੈਗਾ ਇਹਦਾ। 540 ਹੈ ਤਾਂ ਉਹਦਾ 10 ਗੁਣਾ ਕਰਤਾ, ਜਿੰਨਾ ਦੋਨੇ ਅੱਖਰਾਂ ਦਾ ਸਾਰਿਆਂ ਦਾ ਜੋੜ ਬਣਿਆ ਸੀ
ਆਹ ਸਾਰੇ ਜੋੜ ਦੇ ਆਧਾਰ 'ਤੇ ਨੇ ਦੇਖੋ ਜੋੜ 54 ਬਣਿਆ ਸੀਗਾ ਆਹ ਜਿੰਨੇ ਤਰੀਕੇ ਗਾਂਹ ਵਾਲੇ ਬਣੀ ਜਾਂਦੇ ਇਹ ਜੋੜ 'ਤੇ ਬੇਸਡ ਹੀ ਨੇ ਜੋੜ ਦੇ ਅੱਖਰਾਂ ਨੂੰ ਜੋੜ ਵੀ ਸਕਦਾ ਜੋੜ ਕਰਕੇ ਜਿਹੜੇ ਅੱਖਰ ਆਏ ਸੀ ਉਹਨਾਂ ਦੇ ਗੁਣਾ ਵੀ ਕਰ ਸਕਦਾ ਆਹ ਦੇਖੋ ਉਹਨੂੰ 10 ਗੁਣਾ ਵੀ ਲਿਖ ਸਕਦਾ ਉਹਦਾ ਕਿੰਨਾ ਮਰਜ਼ੀ ਕਰਕੇ ਕਈ ਵਾਰੀ ਉਹਦਾ ਅੱਧ ਕਰ ਦਿੰਦਾ ਜਿਵੇਂ ਕਿ ਮੈਂ 16ਵੇਂ ਦੀ ਐਗਜ਼ਾਮਪਲ ਦੇਵਾਂ 27 ਲਿਖਿਆ ਹੋਇਆ ਹੁਣ 54 ਦੇ ਹਿਸਾਬ ਨਾਲ ਦੇਖੀਏ 27 ਕੀ ਹੈਗਾ 54 ਦਾ ਅੱਧ ਹੈ 54 ਦਾ ਅੱਧ 27 ਹੈ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿੰਨਾ ਜੋੜ ਬਣਿਆ ਸੀਗਾ ਜੋੜ ਦੇ ਬਟੇ 2 ਕਰਤਾ ਜੋੜ ਦਾ ਅੱਧ ਕਰਤਾ 27 ਆ ਗਿਆ ਹੁਣ ਉੱਧਰ ਵੀ ਲਾਭ ਦੇ ਬਣਾਈ ਚੱਲੋ ਨਾਲ ਨਾਲ ਹੈਗਾ ਟਾਈਮ ਚਲੋ ਆਪਣੇ ਕੋਲ 7-8 ਮਿੰਟ ਤੱਕ ਕਰਦੇ ਹਾਂ ਕਵਰ ਆਪਾਂ 13ਵਾਂ ਕਿਵੇਂ ਕੀਤਾ ਸੀਗਾ ਆਪਾਂ ਇੱਧਰੋਂ ਲਾਭ ਦਾ ਕਰਨਾ ਹੋਵੇ 13ਵਾਂ ਦਾ ਕੀ ਆਂਸਰ ਆਊਗਾ ਤੁਹਾਡਾ ਇਹ ਨਾਲ ਨਾਲ ਤੁਹਾਡੀ ਪ੍ਰੈਕਟਿਸ ਵਾਸਤੇ ਨਾਲ ਲਾਭ ਵਿੱਚ ਹੀ ਘੜਦਾ ਮੈਂ ਇਸੇ ਕਰਕੇ ਊਂ ਤਾਂ ਲਾਭ ਦੇ ਕੋਡ ਬਣਾਏ ਸੀ ਆਪਾਂ ਪਹਿਲਾਂ ਜਿਹੜੇ ਲਾਭ ਦੇ ਕੋਡ ਹੈਗੇ ਉਹਦਾ ਰੀਜ਼ਨ ਇਹੀ ਹੈਗਾ ਵੀ ਤੁਹਾਨੂੰ ਪ੍ਰੈਕਟਿਸ ਹੋ ਜੂਗੀ ਨਾਲ ਨਾਲ 13ਵਾਂ ਲਾਭ ਦਾ ਕੀ ਬਣਾਓਗੇ 13ਵਾਂ ਕੀ ਤਰੀਕੇ ਨਾਲ ਬਣਿਆ ਸੀਗਾ ਜਿੰਨਾ ਜੋੜ ਆਇਆ ਇਹਨਾਂ ਦਾ ਜੋੜ ਆਪਣਾ ਇਹਨਾਂ ਦਾ 23 ਬਣਿਆ ਸੀਗਾ ਅਤੇ 13ਵਾਂ ਕਿਵੇਂ ਸੀਗਾ ਜੋੜ ਵਾਲੇ 5 ਅਤੇ 4 ਦੀ ਗੁਣਾ ਸੀਗੀ ਹੁਣ ਆਪਣੇ ਕੋਲ 23 ਹੈਗਾ ਹੈ ਨਾ 23 ਦਾ 6 ਬਣੂਗਾ ਯਾਨੀ ਕਿ 2 ਅਤੇ 3 ਦੀ ਗੁਣਾ ਬਣੂਗੀ ਠੀਕ ਹੈ 14ਵਾਂ ਕੀ ਸੀਗਾ ਬੇਟਾ 9 ਅੱਖਰ ਡਿਜਿਟ ਨੂੰ ਜੋੜ ਕੇ ਇੱਥੇ 23 ਟੋਟਲ ਸੀਗਾ ਆਪਣੇ ਕੋਲ 23 ਟੋਟਲ ਹੁੰਦਾ ਗਾ 23 ਦੇ ਅੱਖਰਾਂ ਨੂੰ ਜੋੜ ਕੇ ਕਿੰਨਾ ਬਣ ਗਿਆ 2 ਪਲੱਸ 3 ਨੂੰ 5 ਬਣ ਗਿਆ 15ਵੇਂ ਦੇ ਹਿਸਾਬ ਨਾਲ 15ਵਾਂ ਕਿਵੇਂ ਬਣਾਇਆ ਆਪਾਂ 540 ਜਿੰਨਾ ਜੋੜ ਬਣਿਆ ਸੀਗਾ 54 ਜੋੜ ਬਣਿਆ ਸੀਗਾ ਇੱਥੇ ਆਪਣਾ 23 ਜੋੜ ਬਣਿਆ ਸੀਗਾ ਉਹਨੂੰ ਗੁਣਾ ਕਰਤਾ 10 ਨਾਲ 23 ਨੂੰ 10 ਨਾਲ ਗੁਣਾ ਕਰਤਾ 230 ਆ ਗਿਆ 16ਵੀਂ ਟਾਈਪ ਕਿਵੇਂ ਸੀ ਬੇਟਾ ਜੀ 27 ਆਇਆ ਸੀਗਾ ਯਾਨੀ ਕਿ ਜਿੰਨਾ ਅੱਧ ਬਣਿਆ ਸੀਗਾ ਉਹਦੇ ਬਟੇ 2 ਕਰਤੇ ਸੀ ਜਿੰਨਾ ਟੋਟਲ ਬਣਿਆ ਸੀ ਹੁਣ ਆਪਣੇ ਕੋਲ 23 ਹੈ 23 ਦਾ ਟੋਟਲ ਅੱਧ ਬਣੂਗਾ 11.5 23 ਦਾ ਅੱਧ ਬਣੂਗਾ 11.5 16 ਤੱਕ ਮੈਂ ਤੁਹਾਨੂੰ ਤਰੀਕੇ ਦੱਸੇ ਨੇ 17ਵੇਂ 'ਚ ਆਂਸਰ ਆ ਰਿਹਾ 1 18ਵੇਂ 'ਚ ਆ ਰਿਹਾ -1 ਪਰਸੋਂ ਚੌਥੇ ਮੈਂ ਤੋਂ ਪੁੱਛ ਕੇ ਹਟੇ ਹੋਗੇ ਆ ਇਹਦੇ ਨਾਲ ਦਾ ਸੀਗਾ ਰਾਜੇ ਟੈਲੀਗ੍ਰਾਮ ਦੇ ਵਿੱਚ ਨਾ ਜਿਹੜਾ ਆਪਣਾ ਡਿਸਕਸ਼ਨ ਵਾਲਾ ਗਰੁੱਪ ਬਣਿਆ ਹੋਇਆ ਟੈਲੀਗ੍ਰਾਮ ਦੇ ਵਿੱਚ ਬੱਬੂ ਤੁਸੀਂ ਪੁੱਛਿਆ ਸੀਗਾ ਮੈਨੂੰ ਲੱਗਦਾ 141 ਮੈਂ 161ਵਾਂ ਕੁਸ਼ਚਨ ਸੀਗਾ ਤੁਸੀਂ ਕਿਹਾ ਸੀਗਾ ਵੀ ਇਹਦਾ ਆਂਸਰ ਕੀ ਹੋਊਗਾ ਉਹ ਇਹਦੇ ਨਾਲ ਦਾ ਸੀਗਾ ਉਹ ਇਹਦੇ ਨਾਲ ਦਾ ਸੀ ਜਦੋਂ ਛੋਟੀਆਂ ਰਕਮਾਂ ਦੇ ਵਿੱਚ ਆਂਸਰ ਆ ਜਾਏ ਨਾ ਧਿਆਨ ਰੱਖਿਆ ਕਰੋ ਉਦੋਂ ਜਦੋਂ ਛੋਟੀਆਂ ਰਕਮਾਂ ਦੇ ਵਿੱਚ ਆਂਸਰ ਆ ਜਾਏ ਜ਼ਿਆਦਾਤਰ ਜੋੜ ਘਟਾਓ ਕੀਤਾ ਹੁੰਦਾ ਉਹਦੇ ਅੱਖਰਾਂ ਦੇ ਨਾਲ ਹੀ ਕੋਈ ਕੁਛ ਨਾ ਕੁਛ ਇਹਨੇ ਛੇੜਛਾੜ ਕੀਤੀ ਹੁੰਦੀ ਹੈ ਲਓ 17ਵੀਂ ਟਾਈਪ ਕਰਨ ਲੱਗੇ ਬੇਟਾ ਆਪਾਂ 17ਵੀਂ ਦੇ ਵਿੱਚ ਕੀ ਆਂਸਰ ਬਣਦਾ 1 18ਵੀਂ ਦੇ ਵਿੱਚ ਬਣਦਾ -1 ਹੁਣ ਦੋਨਾਂ ਦਾ ਫਰਕ ਕੀ ਰਹਿ ਗਿਆ ਇੱਕ ਦੇ ਵਿੱਚ 1 ਆਂਸਰ ਬਣਦਾ ਦੂਜੇ 'ਚ -1 ਬਣਦਾ ਆਪਣੇ ਟੋਟਲ ਕਿੰਨਾ ਆਇਆ ਸੀ ਜੋੜ ਕਿੰਨਾ ਆਇਆ ਸੀ 54 ਨੂੰ ਆਪਾਂ ਇਹਨੂੰ ਐਂ ਲਿਖਿਆ ਗਿਆ 5 'ਚੋਂ 4 ਮਾਈਨਸ ਕਰ ਦਿਓ 1 ਆ ਜੂਗਾ ਪਹਿਲੇ 'ਚੋਂ ਦੂਜਾ ਮਾਈਨਸ ਕਰਤਾ ਇਹਦੇ ਵਿੱਚ ਵੀ ਐਵੇਂ ਆ 54 ਟੋਟਲ ਆਇਆ ਸੀਗਾ ਆਪਣੇ ਕੋਲ ਇਹਦੇ 'ਚ ਦੂਜੇ 'ਚੋਂ ਪਹਿਲਾਂ ਮਾਈਨਸ ਕੀਤਾ ਗਿਆ 4 'ਚੋਂ 5 ਨੂੰ ਮਾਈਨਸ ਕਰ ਦਿਓ ਕਹਿੰਦਾ -1 ਆ ਜੂਗਾ 18ਵੇਂ ਦੇ ਵਿੱਚ ਹੁਣ ਜੇ ਉੱਧਰ ਲਿਖੀਏ ਆਪਾਂ 16ਵਾਂ 17ਵਾਂ 17ਵਾਂ ਕਿਵੇਂ ਬਣਾਉਂਗੇ 17ਵਾਂ ਨੰਬਰ ਕੁਸ਼ਚਨ ਹੈ ਕਿਵੇਂ ਬਣਿਆ ਗਾ ਉਹਦੇ 'ਚ 17ਵਾਂ ਕਿਵੇਂ ਕੀਤਾ ਸੀਗਾ ਜਿਹੜੇ ਅੱਖਰ ਨੇ 23 ਟੋਟਲ ਆਇਆ ਆਪਣੇ ਕੋਲ 2 -3 ਤਾਂ ਕਿੰਨਾ ਆ ਗਿਆ ਮਾਈਨਸ ਦਾ 1 ਆ ਗਿਆ ਜਦੋਂ ਆਪਾਂ ਅਗਲਾ ਕਰਾਂਗੇ 54 ਟੋਟਲ ਸੀਗਾ ਉਹਦੇ 'ਚ ਇਹਦੇ 'ਚ 23 ਹੈ ਦੂਜੇ 'ਚੋਂ ਪਹਿਲਾਂ ਘਟਾਉਣਾ ਯਾਨੀ 3 -2 ਇਹ ਇਕੱਲਾ 1 ਆਊਗਾ ਪਲੱਸ ਦਾ 1 ਉਹ -1 ਹੈ ਇਹ +1 ਹੈ ਹਾਂਜੀ ਹੁਣ ਧਿਆਨ ਨਾਲ ਬੇਟਾ ਜੀ ਲਓ ਮੈਂ ਇਕੱਠੇ ਲਿਖ ਦਿੰਦਾ ਹੁਣ ਦਵਾ ਦਾ ਸੋਲਵ ਕਰਦੇ ਹਾਂ ਇੱਕ ਵਾਰ ਤੁਹਾਨੂੰ ਸਾਰਾ ਪਤਾ ਲੱਗ ਜੂਗਾ 19ਵੇਂ ਦਾ ਆ ਗਿਆ ਬੇਟਾ 13.5 20ਵੇਂ ਦਾ ਆ ਗਿਆ ਬੇਟਾ 216 21ਵੇਂ ਦਾ ਆ ਗਿਆ ਬੇਟਾ 36.45 22ਵੇਂ ਦਾ ਆ ਗਿਆ ਰਾਜੇ 63 23ਵਾਂ ਆ ਗਿਆ ਬੇਟਾ ਜੀ 68 113 24ਵਾਂ ਆ ਗਿਆ ਬੇਟਾ ਜੀ 67 112 25ਵਾਂ ਜਮ੍ਹਾਂ ਲਾਸਟ ਆ ਗਿਆ ਬੇਟਾ ਜੀ 4 ਉਹਦਾ ਹੁੰਦਾ ਜੀ ਵਧੀਆ ਚੀਜ਼ ਹੈ ਦੱਸੂਗਾ ਹੁਣ ਸਾਰਿਆਂ 'ਤੇ ਕੀ ਤਰੀਕੇ ਲੱਗੇ
ਲੱਗਦਾ ਪਤਾ ਵੀ ਕੀ ਤਰੀਕੇ ਲੱਗੇ ਆ, ਟ੍ਰਿਕ ਪਤਾ ਲੱਗਦਾ ਬੇਟਾ ਜੀ ਕੀ ਲੱਗੇ ਨੇ। ਵੀ ਡੂ ਹੈਵ 3 ਮਿੰਟਸ, 3 ਮਿੰਟ ਆਪਣੇ ਕੋਲ, 3 ਮਿੰਟਾਂ ਦੇ ਵਿੱਚ ਸਾਰੇ ਸੋਲਵ ਕਰਕੇ ਦਿਖਾਉਣਾ ਤੁਹਾਨੂੰ। 18ਵੇਂ ਤੋਂ ਬਾਅਦ ਆ ਗਿਆ 19ਵਾਂ, 19ਵੇਂ ਦਾ 13.5 ਕਿਵੇਂ ਆਇਆ? 13.5 ਰਾਜੇ ਐਵਰੇਜ ਹੈ, ਐਵਰੇਜ ਔਸਤ ਕੱਢੀ ਗਈ ਹੈ। ਔਸਤ ਕਿਵੇਂ ਕੱਢਦੇ ਹੁੰਦੇ ਆ? ਸਾਰਿਆਂ ਦਾ ਜੋੜ ਬਟੇ ਨੰਬਰ ਆਫ ਲੈਟਰਸ, ਕਿੰਨੇ ਅੱਖਰ ਨੇ, ਅੱਖਰਾਂ ਦੀ ਗਿਣਤੀ, ਅੱਖਰਾਂ ਦੀ ਗਿਣਤੀ। ਜਿਵੇਂ ਕਿ ਆਪਣੇ ਕੋਲ ਜੋੜ ਕਿੰਨਾ ਆਇਆ ਸੀ? 54। ਕਿੰਨੇ ਅੱਖਰਾਂ ਦਾ ਜੋੜ ਸੀ? ਇਹ 4 ਦਾ ਸੀਗਾ। 54 ਨੂੰ 4 'ਤੇ ਵੰਡ ਦਿਓ, 54 ਸਾਰਿਆਂ ਦਾ ਜੋੜ ਕਰਕੇ 19 'ਤੇ ਵੰਡ ਦਈ, ਜਾਂਦਾ ਔਸਤ ਨਿਕਲੇ ਹੁੰਦੀ ਨਾ, ਐਵਰੇਜ ਨਿਕਲੇ ਹੁੰਦੀ, ਐਵਰੇਜ ਕੱਢੀ ਗਈ ਹੈ, ਤਾਂ ਕਿੰਨਾ ਆਜੂਗਾ? 13.5 ਇਹਨੂੰ ਵੰਡ ਕੇ। ਹੁਣ ਆਪਣੇ ਕੋਲ ਇੱਧਰ ਜੋੜ ਕਿੰਨਾ ਬਣਦਾ ਬੇਟਾ ਜੀ? ਅੱਖਰ ਕਿੰਨੇ? ਇੱਥੇ ਵੀ ਆਪਣੇ ਕੋਲ 4 ਅੱਖਰ ਹੀ ਨੇ। ਜੋੜ ਬਣਦਾ 23, 23 ਨੂੰ 4 'ਤੇ ਵੰਡਾਂਗੇ ਆਪਾਂ, ਕਿੰਨਾ ਆ ਗਿਆ? 5 × 20, 5 ਸਹੀ, 3/4 ਇੰਨਾ ਕੁ ਆਜੂਗਾ, 5.25 ਆ ਗਿਆ। ਠੀਕ ਹੈ, ਚਲੋ ਚੈੱਕ ਕਰਦੇ ਆਪਾਂ ਅੱਗੇ ਵੀ। ਫਿਰ ਆ ਗਿਆ 20ਵੇਂ ਦਾ ਰਾਜੇ 216, 20ਵੇਂ ਦਾ ਆ ਗਿਆ 216। ਹਾਂ, ਇਹ ਕੀ ਚੀਜ਼ ਹੈ? ਜਿੰਨਾ ਆਪਣੇ ਕੋਲ ਪਹਿਲਾਂ ਟੋਟਲ ਆਪਾਂ ਐਵਰੇਜ ਕੱਢਦੇ ਸੀਗੇ, ਇਹਦੇ ਵਿੱਚ ਕੀ ਹੈਗਾ? ਜਿੰਨਾ ਟੋਟਲ ਆਇਆ, ਉਹਨੂੰ ਗੁਣਾ ਕੀਤਾ ਗਿਆ ਅੱਖਰਾਂ ਦੀ ਗਿਣਤੀ ਦੇ ਨਾਲ, ਉਹਨੂੰ ਗੁਣਾ ਕੀਤਾ ਗਿਆ ਨੰਬਰ ਆਫ ਡਿਜਿਟਸ ਦੇ ਹਿਸਾਬ ਨਾਲ। NOS ਲਿਖ ਦਿੰਦਾ ਮੈਂ ਇੱਥੇ। ਐਵਰੇਜ ਕਿਵੇਂ ਕੱਢਦੇ ਹੁੰਦੇ ਹਾਂ? ਟੋਟਲ ਬਟੇ ਨੰਬਰ ਆਫ ਲੈਟਰਸ, ਜਿੰਨੇ ਅੱਖਰ ਨੇ, ਜਾਂ ਨੰਬਰ ਆਫ ਡਿਜਿਟਸ ਲਾ ਲਓ, ਨੰਬਰ ਆਫ ਡਿਜਿਟਸ ਲਾ ਲਓ, ਜਾਂ ਲੈਟਰ ਲਾ ਲਓ, ਨੰਬਰ ਆਫ ਲੈਟਰਸ, ਕਿਉਂਕਿ 4 ਅੱਖਰ ਨੇ ਨਾ, 4 'ਤੇ ਵੰਡਿਆ ਸੀਗਾ ਆਪਣੇ ਟੋਟਲ ਨੂੰ। ਤਾਂ ਹੁਣ ਇਹਨੂੰ ਕੀ ਕੀਤਾ? ਇਹਨੂੰ 4 ਨਾਲ, ਨੰਬਰ ਆਫ ਲੈਟਰ ਨਾਲ ਗੁਣਾ ਕੀਤਾ ਗਿਆ, ਉਹਨੂੰ ਭਾਗ ਕੀਤਾ ਸੀਗਾ, ਇਹਨੂੰ ਗੁਣਾ ਕਰਤਾ। 54 ਨੂੰ 4 ਨਾਲ ਗੁਣਾ ਕਰਾਂਗੇ 216 ਆਜੂਗਾ। ਟੋਟਲ ਨੂੰ ਜਿੰਨੇ ਅੱਖਰ ਨੇ ਉਨੇ ਨਾਲ ਗੁਣਾ ਕੀਤਾ ਗਿਆ। ਇੱਥੇ ਆਪਣੇ ਕੋਲ ਟੋਟਲ ਕਿੰਨਾ ਬੇਟਾ ਜੀ? 23। 23 ਨੂੰ 4 ਨਾਲ ਗੁਣਾ ਕਰ ਦਿਓ, 4 × 3 = 12, 1 + 4 = 8, 9 = 92, ਹੈ ਨਾ, ਸਹੀ ਹੈ? ਦੇਖੀ ਚੱਲਿਓ ਨਾਲ ਨਾਲ। ਨੈਕਸਟ ਆ ਗਿਆ 21ਵਾਂ ਬੇਟਾ ਜੀ, 21ਵਾਂ। 36, 35, 36, 45 ਕੀ ਕੀਤਾ ਗਿਆ? ਇਹਨੂੰ 36 ਉਹ ਨਹੀਂ ਪੜ੍ਹਨਾ, 3, 4, 5 ਵਾਲੀ ਲਾਈਨ 'ਚ ਪੜ੍ਹਨਾ। ਦੇਖੋ, ਲਵ ਸੀਗਾ 12, 15, 22, 5, ਕੋਈ ਦੱਸ ਸਕਦਾ ਬੇਟਾ? 3, 6, 4, 5 ਕਿਵੇਂ ਆ ਗਿਆ ਇਹਨਾਂ ਦਾ? ਕੋਡ ਇੱਕ ਇੱਕ ਅੱਖਰ ਦੇ ਵਿੱਚ ਬਣਾਇਆ ਗਿਆ, ਇੱਕ ਡਿਜਿਟ ਦੇ ਵਿੱਚ ਬਣਾਇਆ ਗਿਆ, ਜਿਹੜਾ 2 'ਚ ਆ ਗਿਆ ਨਾ ਉਹਨਾਂ ਨੂੰ ਜੋੜਤਾ। ਜਿਵੇਂ ਆਹ ਸੀਗਾ 1 ਅਤੇ 2 ਨੂੰ ਜੋੜ ਕੇ ਕਿੰਨਾ ਬਣ ਗਿਆ ਬੇਟਾ ਜੀ? ਉਹਦੇ ਡਿਜਿਟ ਜੋੜਤੇ, ਜਿੰਨਵਾਂ ਅੱਖਰ ਹੈ ਨਾ ਉਹਦੇ ਡਿਜਿਟ ਜੋੜਤੇ, ਜਿਹੜੇ ਗਿਣਤੀ ਜਾ ਰਹੇ ਸੀਗੇ। 1 ਅਤੇ 2 ਨੂੰ ਜੋੜ ਕੇ 3 ਬਣ ਗਿਆ, 1 ਅਤੇ 5 ਨੂੰ ਜੋੜ ਕੇ 6 ਬਣ ਗਿਆ, 2 ਅਤੇ 2 ਨੂੰ ਜੋੜ ਕੇ 4 ਬਣ ਗਿਆ, 0 ਅਤੇ 5 ਨੂੰ ਜੋੜ ਕੇ 5 ਬਣ ਗਿਆ। ਆਹ ਆਂਸਰ ਆ ਗਿਆ ਆਪਣਾ 21ਵੇਂ ਦਾ, ਅੱਖਰਾਂ ਦੇ ਜੋੜ ਦੀ ਗਿਣਤੀ ਹੈ। ਜੇ 12 ਆ ਗਿਆ ਤਾਂ 1 ਅਤੇ 2 ਨੂੰ ਜੋੜਤਾ, ਗੁੱਡ। ਹੁਣ ਜਿਹੜਾ ਅਗਲਾ ਬੇਟਾ ਜੀ, ਧਿਆਨ ਦਿਓ, ਅਗਲੇ ਦੇ ਵਿੱਚ ਕੀ ਕੀਤਾ ਗਿਆ? ਇਹਨਾਂ ਨੂੰ ਕ੍ਰੋਸ, ਬਸ ਹੋਰ ਕੁਛ ਨਹੀਂ ਗਾ। ਜਿਹੜਾ ਪਹਿਲਾਂ ਸਾਡਾ ਰਿਜ਼ਲਟ ਆਇਆ ਸੀ ਉਹਨੂੰ ਕ੍ਰੋਸ ਕਰਤਾ, ਇੱਧਰਲੇ ਨੂੰ ਉੱਧਰ ਭੇਜਤਾ, ਉੱਧਰਲੇ ਨੂੰ ਇੱਧਰ ਭੇਜਤਾ, ਆਹ ਫਰਕ ਪਾਇਆ ਬਸ। ਹੁਣ ਉੱਧਰ ਆਂਸਰ ਕੱਢੋ ਲਾਭ ਦਾ, ਲਾਭ ਦਾ ਆਂਸਰ ਕੀ ਕੱਢੋਗੇ? ਕੀ ਕੀਤਾ ਸੀਗਾ ਇਹਨੇ? ਡਿਜਿਟਸ ਨੂੰ ਕ੍ਰੋਸ ਅੱਗੇ ਜਾ ਕੇ ਕੀਤਾ ਸੀ, ਅਗਲੇ 'ਚ ਕ੍ਰੋਸ ਕੀਤਾ ਗਾ। ਲਾਭ ਆਪਣੇ ਕੋਲ ਕਿਵੇਂ ਆ? ਦੇਖੋ, 12 ਤਾਂ 3 ਬਣ ਜੂਗਾ, 0 ਅਤੇ 1 ਨੂੰ ਜੋੜ ਕੇ 1 ਬਣ ਜੂ, 0 ਅਤੇ 2 ਨੂੰ ਜੋੜ ਕੇ 2 ਬਣ ਜੂ, 0 ਅਤੇ 8 ਨੂੰ ਜੋੜ ਕੇ 8 ਬਣ ਜੂਗਾ, 3, 1, 2, 8। 21ਵੇਂ ਦਾ ਬੇਟਾ ਜੀ, 21ਵੇਂ ਦਾ ਬਣ ਜੂਗਾ 3, 1, 2, 8, ਅਤੇ 22ਵੇਂ ਦਾ ਬਣ ਜੂਗਾ ਇਹਦਾ ਕ੍ਰੋਸ। ਕ੍ਰੋਸ ਕਿਵੇਂ ਕੀਤਾ ਸੀ? ਐਵੇਂ 1 ਇੱਧਰ, 3 ਇੱਧਰ, 2 ਇੱਧਰ, 8 ਇੱਧਰ, ਸੋਰੀ, 23ਵੇਂ ਦਾ ਰਾਜੇ, 21 ਓਡ ਵਾਲਾ ਆ ਗਿਆ ਇਹ। 23ਵੇਂ ਦਾ ਕੀ ਕੀਤਾ ਗਿਆ? ਜੇ ਤਾਂ ਬੇਟਾ ਜੀ ਈਵਨ ਹੈ, ਜੋਟੇ ਵਾਲਾ ਨੰਬਰ ਹੈ, ਉਹਨੂੰ 2 'ਤੇ ਵੰਡਤਾ। ਠੀਕ ਹੈ, ਨੰਬਰ ਕਿਹੜੇ ਦੀ ਗੱਲ ਕਰਦੇ ਆਪਾਂ? ਇਹਨਾਂ ਦੀ, ਆਹ ਜੋਟੇ ਵਾਲਾ
इन्हें दो तो वंट के कि आ गया 11 आ गया इस तरह करके। एल बारवा सॉरी बाई लिखी बैठा मैं से सॉरी एल बारवा दो वंट के आ दो जे तो ईवन दो वंट देना जे ऑड है प्लस एक करके दो वंट देना क्योंकि कली वाला ना जरा ऑड कली हूँ ईवन जोटा हूँ जेडे जोटे वाले होए देखो लव दे की है जे 12 एल बारहवें तो आता जोटे वाला आ गया बटे दो कर दौ 12 बटे दो कि बन गया 6 जे कली वाला है जिमें 15 सी ए एक जोड़ के बटे दो कर दौ आता होने अपन 16 बटे दो 8 आजगा 22 तो सीधा जोटे वाला ही है 11 आजगा दो वंट के 5 के एक जोड़ के 6 बन गया 6 के बटे दो 3 बन जूगा आ चीज़ बनी अपने को 6 8 11 6 8 11 3 आगा ये ईवन सीधा जो बटे करता सी जो दो वंटता सगा जो जोटे वाला ऑड है वो एक जोड़ के बटे करता सगा दो अगले दे 67 112 वाले ये उल्ट किया हो जे सॉरी ये किया ना जो ईवन है वह तो सीधा बटे दो करता जोड़ा ऑड आ पहला वो एक जोड़ के बटे दो करता सीधे एक घटा के बटा दो किया गया कली वाला जोड़ा कली वाला एक तो आगे एक आगा 12 का 6 आ गया सीधा ही आऊगा राजे 22वें का 11 भी सीधा ही आऊगा 15 के एक घटा दो 14 का 7 आजगा 5 चो एक घटा दो 4 आजगा 4 का इतने 2 आजगा 6 7 11 तो 2 6 7 11 2 यह ऐ हों जो ऑड वाला ना पहले वाले से एक जोड़ के कली वाला आ पोजिशन ने राजे इन्हों देखो किन्ने क्वेश्चन आप सारे के पोजिशन कम आँदी हैगी भी अगों है नवा जी पिछों है नवा जी इस तरह करके लास्ट वाले का है 4 की है ये आ जाता हम तो सौखा गा 4 की चीज़ है बेटा जी 4 है नंबर ऑफ लैटरस जिन्हें अखर ने लव के 4 अखर ही ने 4 कोड बनाता इन्हें आ कहो कंप्लीट कर लिया राजे जेडे 3 रह गए ना हूँ ये कंप्लीट कर लियो टाइम पूरा हो गया जस्सी सर की क्लास हैगी इस करके मैं ता करके क्लास ओवर कर लगे मैं फिर एक बार दस दें बेटा अज 3 बजे गुरप्यार सर ने लाइव होना SST की स्पेशल क्लास लग रही हैगी 4 डेमो क्लासेस ने किसी ने भी मिस नहीं करनी फ्री क्लासेस ने यूट्यूब के उपर माइलस्टोन ऑनलाइन स्टडी के नाम से जो चैनल बनया हुआ बेटा अपना वो उपर टैलीकास्ट होएगा वो उपर लाइव क्लास लगेगी किसी भी बच्चे ने मिस नहीं करनी किसी भी बच्चे ने क्लास मिस नहीं करनी स्पेशल डिमांड से सरनू बुलाया गया मैं रियली दसा SST तो इन्नी क वधिया बाकी तुसी आप देख लो 4 डेमो ला लो कोई दिक्कत वाली गल नहीं 4 दिन क्लासा ला के देखो स्पेशल मास्टर केडर SST PPSC प्रिंसीपल वाले जिहड़े हायर लैवल नूं टच किया गया तुसी चैक करके देखो SST चों मार नहीं खांदे जे सर दी क्लास तुसी कंप्लीट ला के रहिए ठीक है बेटा मैं इहनूं रेज़ करन लग्गिया बाकी चलो मिलते हैं आप आफ्टर क्लास 3 बजे मैं थोड़ी सर की इंट्रोडक्शन भी करवाऊंगा उस तो बाद सर क्लास लैंगे तो नाल दियां नूं भी शेयर कर दियो जिहड़ा मैं लिंक तुहानूं ऑलरेडी सेंड कर चुका है सारे नूं शेयर कर दियो बेटा जी बाकी जिहड़ियां ओपन क्लासेस सीगियां लाइव क्लासेस जरूर यूट्यूब वीडियो उत्ते देख सकते हो कि तुसीं पर हुण सिर्फ 10 बजे वाली क्लास ही उहदे ते ओपन होया करूगी ये क्लासेस बंद नेगियां क्योंकि जो डेमो देनी सी आपां दे चुके हां जे किसी बच्चे ने डेमो चैक करनी है पुरानी वीडियो चैक कर सकते होंगे तो फरदर क्लासेस उवें कंटिन्यू रहनगे नवे बैचेस दी अनाउंसमेंट ऑलमोस्ट हो चुकी है कल तो मे भी थोड़ा टाइम शड्यूल सू पता लग जूगा सू मैसेज भी आजगा जोड़ा है कोई चेंजेस हुई तो अपडेट कर देंगे सर की क्लास करके नहीं तो अज नवे बैचेस चलने से जो पटवारी पंजाब लैवल के होर सैकेंड बैच स्टार्ट करने से एक तो चल ही रहे हैं 9 तो 12 चल रहे हैं राजे पटवारी या पंजाब लैवल के पेपरों में लैके 10 तो 12 चल रहे हैं PPSC लैके प्रिंसीपल या इस तरह करके जे अपने पेपर होने के अगे है ना ठीक है बेटा होप वधिया लग्या होएगा वधिया लग्या तो लाइक शेयर जरूर कर दो बेटा जी लाइक के नाल दी नाल मार दिया करो बैल आइकन पर जरूर प्लीज़ क्लिक कर दिया करो बेटा वो नोटिफिकेशन आता रहेगा पता लगता रहेगा थैंक यू